ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਵਾਸਤੇ ਲੇਟੈਸਟ ਕਲੈਕਸ਼ਨ ਜਿਹਦੇ ਜਾਂ ਤੁਹਾਨੂੰ ਬਿਲਕੁਲ ਐਕਸਕਲੂਸਿਵ ਕੋਟਨ ਦਿਖਾਵਾਂਗੇ। ਇਹ ਸਾਰੇ ਹੀ ਨਵੇਂ ਆਰਟੀਕਲ ਨੇ, ਇਹਦੇ 'ਚ ਕੁਛ ਪ੍ਰਿੰਟਿੰਗ ਵਾਲੇ ਕੋਨਸੈਪਟ ਨੇ, ਕੁਛ ਪੈਨਲ ਦੇ ਵਿੱਚ ਨੇ, ਕੁਛ ਦੇ ਉੱਪਰ ਮਿਲ ਪ੍ਰਿੰਟਿੰਗ ਹੈ, ਕਿਸੇ 'ਤੇ ਬਲੋਕ ਪ੍ਰਿੰਟਿੰਗ ਹੈ, ਕੁਛ ਲੇਸਿਸ ਵਾਲੇ ਕੋਨਸੈਪਟ ਨੇ। ਇਹਦੇ 'ਚ ਫੈਬਰਿਕ ਵੀ ਤਕਰੀਬਨ ਸਾਰੇ ਡਿਫਰੈਂਟ ਹੈ, ਕੋਈ ਮਲਜ਼ ਕੋਟਨ ਹੈ, ਕੋਈ ਲੋਨ ਕੋਟਨ 'ਤੇ ਹੈ, ਕੋਈ ਲਿਲਨ ਦੇ ਉੱਤੇ ਹੈ, ਕੋਈ 2x2 ਦੇ ਉੱਤੇ ਹੈ। ਬਹੁਤ ਹੀ ਸੁਪਰ ਡੁਪਰ ਪੀਸ ਨੇ, ਕੁਛ ਪ੍ਰਿੰਟਿੰਗ ਨੇ, ਕੁਛ ਐਮਬਰਾਇਡਰੀ ਹੈ, ਕੁਛ ਬਲੋਕ ਹੈ, ਕੁਛ ਲੇਸਿਸ ਹੈ। ਸਾਰੇ ਨਵੇਂ ਨਵੇਂ ਆਰਟੀਕਲ ਆਉਣਗੇ, ਪੀਸ ਤਕਰੀਬਨ ਤੁਹਾਨੂੰ ਆਉਣਗੇ ਉਹੀ 25 ਦੇ ਆਸ ਪਾਸ, ਲੇਕਿਨ ਪੀਸ ਸਾਰੇ ਹੀ ਐਕਸਕਲੂਸਿਵ, ਕੁਛ ਸਿੰਗਲ ਆਉਣਗੇ, ਕੁਛ ਡਬਲ ਆਉਣਗੇ। ਉਹ ਤੁਹਾਨੂੰ ਨਾਲ ਨਾਲ ਫੈਬਰਿਕ ਆਪਾਂ ਸ਼ੋਅ ਕਰੀ ਚੱਲਾਂਗੇ ਕਿ ਫੈਬਰਿਕ ਕੀ ਹੈ, ਪ੍ਰਿੰਟਿੰਗ ਕੀ ਹੈ, ਕੰਮ ਕੀ ਹੈ, ਠੀਕ ਹੈ ਨਾ ਜੀ। ਅਤੇ ਨੰਬਰ ਤੁਸੀਂ ਇਹ ਨੋਟ ਕਰੋ ਇੱਕ ਵਾਰੀ ਪਲੀਜ਼, ਇਹ 3 ਨੰਬਰ ਨੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ। ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਚਲਦੀ ਵੀਡੀਓ 'ਚੋਂ ਸਕਰੀਨਸ਼ੋਟ ਲੈ ਕੇ 3 ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਵਰਲਡ ਵਾਈਡ ਸ਼ਿਪਮੈਂਟ ਆਪਣੀ, ਕਿਤੇ ਵੀ ਤੁਸੀਂ ਪਾਰਸਲ ਮੰਗਾਉਣਾ ਚਾਹੁੰਦੇ ਹੋ, ਚਾਹੇ ਇੰਡੀਆ ਚਾਹੇ ਆਊਟ ਆਫ ਇੰਡੀਆ। ਜਸਲੀਨ ਜੀ, ਸੁਖਮੀਤ ਜੀ, ਨੇਹਾ ਜੀ, ਗੀਤੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਨੰਬਰ ਨੋਟ ਕਰੋ ਅਤੇ ਆਪਾਂ ਵੀਡੀਓ ਸ਼ੁਰੂ ਕਰੀਏ, ਤੁਹਾਡਾ ਟਾਈਮ ਨਹੀਂ ਜ਼ਿਆਦਾ ਵੇਸਟ ਕਰਨਾ ਆਪਾਂ। ਤੁਹਾਨੂੰ ਜੋ ਲੇਟੈਸਟ ਹੈ, ਸਿਲੈਕਟਡ ਹੈ, ਫਰੈਸ਼ ਆਈਟਮ ਨੇ, ਸੁਪਰ ਡੁਪਰ ਨੇ, ਉਹ ਵੀ ਤੁਹਾਨੂੰ ਚੀਜ਼ਾਂ ਸ਼ੋਅ ਕਰਨੀਆਂ ਨੇ। ਲਓ ਜੀ, ਫਸਟ ਪੀਸ ਹੈ ਮੇਰੇ ਕੋਲ ਆਈਆ ਉਟਮਾਈਆ, ਪ੍ਰਿੰਟਿੰਗ ਵੀ ਹੈ, ਐਮਬਰਾਇਡਰੀ ਵੀ ਹੈ, ਲੇਸਿਸ ਵੀ ਹੈ, ਅਤੇ ਫੈਬਰਿਕ ਵੀ ਬਹੁਤ ਪਿਆਰਾ ਨੀਚੇ। ਇਹ ਕੈਲਕਟਾ ਦੀ ਬੁਟੀਕ ਹੈ ਜੀ, ਬਾਬੀ ਜੀ ਉਹਦੀ ਆਈਟਮ ਬਣਦੀ ਹੈ। ਇਹ ਪੂਰੀ ਸ਼ਰਟ ਦਾ ਐਸਾ ਦੇਖੋ ਫਰੰਟ ਤੋਂ ਨਜ਼ਰ ਆ ਰਿਹਾ ਵਾ, ਹੁਣ ਤੁਹਾਨੂੰ ਨੇੜੇ ਦਿਖਾਉਂਦੇ। ਇਹ ਸਾਰਾ ਨੀਚੇ ਲੇਸਿਸ ਆਏਗੀ ਇਸ ਤਰ੍ਹਾਂ ਜੀ, ਫਰੰਟ 'ਤੇ ਵੀ ਔਰ ਬੈਕ 'ਤੇ ਵੀ, ਠੀਕ ਹੈ ਜੀ। ਇਹ ਸੈਂਟਰ ਦੇ ਵਿੱਚ ਜਿਹੜਾ ਪੀਸ ਦਿੱਤਾ ਹੈ ਸਾਰਾ ਇਹ ਹੈਗਾ ਬਲੋਕ ਪ੍ਰਿੰਟਿੰਗ ਦੇ ਵਿੱਚ, ਠੀਕ ਹੈ। ਸਾਈਡਾਂ ਉੱਤੇ ਦਿੱਤੀ ਪੂਰੀ ਐਮਬਰਾਇਡਰੀ, ਇਹਦੇ 'ਚ ਰੇਸ਼ਮ ਦਾ ਕੰਮ ਹੈ। ਨੀਚੇ ਪਹਿਲਾਂ ਪਿੰਕ ਕਲਰ ਦੀ, ਗ੍ਰੇ ਕਲਰ ਦੀ, ਯੈਲੋ ਕਲਰ ਦੀ ਰੇਸ਼ਮ ਹੈ, ਅਤੇ ਲਾਈਟ ਲਾਈਨ ਵਿੱਚ ਹਲਕੀ ਹਲਕੀ ਸੀਕੁਐਂਸ ਆਏਗੀ 0 ਨੰਬਰ ਦੀ। ਇਹ ਘੇਰੇ ਉੱਤੇ ਵੀ ਬਲੋਕ ਪ੍ਰਿੰਟਿੰਗ ਹੈ, ਦੋਨੇ ਸਾਈਡਾਂ ਉੱਤੇ ਇਸ ਤਰ੍ਹਾਂ ਐਮਬਰਾਇਡਰੀ ਆਏਗੀ। ਸੈਂਟਰ ਦੇ ਵਿੱਚ ਬਲੋਕ ਪ੍ਰਿੰਟਿੰਗ ਹੈ, ਇਹ ਫੁੱਲ ਬਾਜ਼ੂ ਆਣਗੇ, ਇਹ ਨਾਲ ਇਹਦੇ ਬੋਟਮ ਆਏਗੀ, ਚਿਕਨਕਾਰੀ ਦੀ ਬੋਟਮ ਹੈ, ਬਹੁਤ ਮਤਲਬ ਸੁਪਰ ਡੁਪਰ ਹੈ। ਇਹ ਦੇਖੋ ਪਲਾਜ਼ੋ ਚਿਕਨਕਾਰੀ ਦੇ ਵਿੱਚ, ਜਿੰਨੇ ਪੀਸ ਤੁਹਾਨੂੰ ਆਉਣਗੇ ਸਾਰੇ ਸੁਪਰ ਡੁਪਰ ਆਉਣਗੇ ਜਿਸ ਤਰ੍ਹਾਂ। ਇਹ ਨੀਚੇ ਇਹਦੇ ਨਾਲ ਪਲਾਜ਼ੋ ਵਾਸਤੇ ਬਹੁਤ ਐਕਸਕਲੂਸਿਵ ਹੈ ਜੀ ਪੀਸ, ਸਾਡੇ ਕੋਲ ਤੁਹਾਨੂੰ ਪੀਸ ਮਿਲਣੇ ਨੇ ਸੁਪਰ ਡੁਪਰ। ਫੈਬਰਿਕ ਵੀ ਬਹੁਤ ਸੋਹਣਾ ਜੀ, 2x2 ਕੋਟਨ ਹੈ, ਸ਼ਿਫੋਨ ਦੀ ਚੁੰਨੀ ਹੈ, ਲੋਨ ਕੋਟਨ ਦੀ ਬੋਟਮ ਹੈ, 2x2 ਕੋਟਨ ਦੀ ਸੋਰੀ, ਅਤੇ ਆਹ ਨਾਲ ਦੁਪੱਟਾ ਸ਼ਿਫੋਨ ਦੇ ਵਿੱਚ। ਇਹਦੇ 'ਚ ਦੁਪੱਟੇ 'ਤੇ ਵੀ ਬਲੋਕ ਪ੍ਰਿੰਟਿੰਗ ਹੈ। ਇਹ ਹੈਗਾ ਸਕਿਨ ਦੇ ਨਾਲ ਪੀਚ ਦਾ ਕੋਂਬੀਨੇਸ਼ਨ ਹੈ, ਇਹ ਹੈਗਾ ਸਕਿਨ ਦੇ ਨਾਲ ਲਾਈਮ ਗ੍ਰੀਨ ਦਾ ਕੋਂਬੀਨੇਸ਼ਨ ਹੈ। ਪੀਸ ਦੋਨੇ ਹੀ ਬਹੁਤ ਸੋਹਣੇ ਨੇ, ਪੀਸ ਤੁਹਾਨੂੰ 2-2 4-4 ਜਿੰਨੇ ਜਿੰਨੇ ਕਹੋਗੇ ਮਿਲ ਜਾਣਗੇ, ਕਿਉਂਕਿ ਨਵਾਂ ਮਾਲ ਆਇਆ ਵਾ, ਨਾਲ ਨਾਲ ਔਰਡਰ ਕਰੀ ਚਲੋ, ਪੀਸ ਤੁਹਾਨੂੰ ਮਿਲ ਜਾਣਗੇ ਮਤਲਬ ਵਾਲੇ। ਹਾਂਜੀ ਰਮਨ ਜੀ, ਸਤਿ ਸ਼੍ਰੀ ਅਕਾਲ ਜੀ। ਉਹ ਜੀ, ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇੱਕ ਹੈ, ਅਤੇ ਵਾਕਈ ਇੱਕ ਨੰਬਰ ਆਈਟਮ ਹੈ, ਸੁਪਰ ਨੰਬਰ 1 ਜਿਹਨੂੰ ਆਪਾਂ ਕਹਿ ਦਿੰਦੇ ਹਾਂ। 4040 ਰੇਟ ਨਿਕਲਿਆ ਜੀ ਇਹਦਾ। ਨੈਕਸਟ ਚਲੋ ਜੀ, ਪੀਸ ਤੁਹਾਨੂੰ ਸਾਰੇ ਬੰਬ ਬਣਗੇ ਜੀ, ਬੰਬ ਪੀਸ। ਲਓ ਜੀ, ਇਖਲਾ ਦੇਖੋ ਪੀਸ ਤੁਸੀਂ, ਜਿਹੜਾ ਇੱਕ ਬਲੈਕ ਆਏਗਾ, ਇੱਕ ਆਏਗਾ ਸਕਿਨ ਕਲਰ ਦੇ ਵਿੱਚ, ਅਲਟੀਮੇਟ ਪੀਸ। ਫੈਬਰਿਕ ਕੀ ਹੈ ਬੇਟੇ? ਮਲਸ ਕੋਟਨ ਆ, ਇਹ ਪਿਓਰ ਮਲਸ ਕੋਟਨ ਦੇ ਉੱਤੇ ਹੈ ਜੀ, ਇਹਦਾ ਮਲਸ ਦੇ ਉੱਤੇ ਸਾਰੀ ਪਹਿਲਾਂ ਪ੍ਰਿੰਟਿੰਗ ਹੈ, ਪ੍ਰਿੰਟਿੰਗ ਬਹੁਤ ਜ਼ਬਰਦਸਤ ਹੈ ਜੀ ਇਹਦੀ।
ਕੱਪੜਾ ਹੁੰਦਾ ਬਹੁਤ ਹੀ ਫਾਈਨ ਜੀ, ਇਕਦਮ ਜਿੱਦਾਂ 2x2 ਕਾਟਨ ਹੁੰਦੀ ਹੈ ਨਾ, ਮਲਜ ਕਾਟਨ ਜਿਹੜੇ ਪਾਉਂਦੇ ਨੇ ਉਹਨਾਂ ਨੂੰ ਪਤਾ ਐਸੀ ਗੱਲ ਨਹੀਂ, ਹਰ ਇੱਕ ਨੂੰ ਨਹੀਂ ਪਤਾ ਹੁੰਦਾ, ਗੱਲ ਤੁਹਾਡੀ ਸਹੀ ਹੈ। ਆਹ ਦੇਖੋ ਪ੍ਰਿੰਟਿੰਗ ਹੈ, ਪੱਤੇ ਬਣੇ ਨੇ ਸਾਰੇ ਜਿਹੜੇ, ਇਹ ਕੁਛ ਫਲਾਵਰ ਸੈੱਟ ਕੀਤੇ ਨੇ ਇਸ ਤਰ੍ਹਾਂ ਹੀ, ਉਹਦੇ ਉੱਪਰ ਦੇਖੋ ਬਿਲਕੁਲ ਬਰੀਕ ਹੈ, ਬਟਨ ਸੈੱਟ ਕੀਤੇ ਨੇ, ਹਲਕੀ ਹਲਕੀ ਸਰਬੋਸਕੀ ਹੈ, ਸਿੱਪੀ ਹੈ, ਹਲਕਾ ਹਲਕਾ ਪਿੱਟੇ ਦਾ ਕੰਮ ਹੈ ਬਸ, ਬਸ ਇਹਨਾਂ ਨਾਲ ਹਲਕੇ ਹਲਕੇ ਪੱਤੇ ਹਾਈਲਾਈਟ ਕੀਤੇ ਨੇ ਬਸ ਜੀ ਇਹਦੇ 'ਚ, ਸਿਰਫ ਉਹ ਵੀ ਫਰੰਟ ਫਰੰਟ ਉੱਤੇ। ਬੈਕ ਸੇਮ ਆਏਗੀ, ਫੁੱਲ ਬਾਜੂ ਦੀ ਆਪਸ਼ਨ ਹੈ, ਬਲੈਕ ਲਗਜ਼ਰੀ ਕਾਟਨ ਦੀ ਬੋਟਮ ਆਏਗੀ, ਅਤੇ ਦੁਪੱਟਾ ਆਏਗਾ ਕੰਟਰਾਸਟ। ਦੇਖੋ ਦੁਪੱਟੇ 'ਚ ਵੀ ਕਲਾਕਾਰੀ ਹੈ, ਚਾਰੇ ਪਾਸੇ ਲੇਸ ਹੈ, ਪ੍ਰਿੰਟਿੰਗ ਹੈ, ਫਿਰ ਇਹਦੇ 'ਚ ਇੱਕ ਪੱਤਾ ਦਿੱਤਾ ਉਹਦੇ 'ਤੇ, ਪੂਰੀ ਨਾ ਇਮਬਰਾਇਡਰੀ ਕੀਤੀ ਹੈ। ਦੇਖੋ ਇਹ ਚੀਜ਼ਾਂ ਮੈਡਮ ਜੀ ਹਰ ਇੱਕ ਤੁਹਾਨੂੰ ਦੁਕਾਨਦਾਰ ਨੇ ਦਿਖਾਉਣੀਆਂ ਨੇਗੀਆਂ, ਇਹ ਦੇਖੋ ਸਾਰੀ ਇਮਬਰਾਇਡਰੀ ਵਾਲਾ ਸਾਰਾ ਪੱਤਾ ਲੱਗਿਆ ਹੋਇਆ। ਇੱਕੋ ਹੀ ਪੱਤਾ ਬੇਟੇ, ਦੋ ਪੱਤੇ ਨੇ, ਪੱਤਾ ਇੱਕੋ ਹੀ ਬਹੁਤ ਹੁੰਦਾ, ਐਸੀ ਗੱਲ ਨਹੀਂ, ਹੈਗਾ ਪੱਤਾ ਇੱਧਰ ਬੇਟੇ ਉਹਦੇ, ਹਾਂ ਉਹ ਵੀ ਹੈਗਾ, ਹੋਰ ਵੀ ਹੈਗਾ, ਲਓ ਜੀ ਇਸ ਤਰ੍ਹਾਂ ਦੋ ਤਿੰਨ ਪੱਤੇ ਹੈਗੇ ਨੇ, ਮਤਲਬ ਚੀਜ਼ ਮਤਲਬ ਕੁੱਲ ਮਿਲਾ ਕੇ ਬਹੁਤ ਜ਼ਬਰਦਸਤ ਹੈ ਜੀ। ਦੂਜਾ ਕਲਰ ਆਏਗਾ ਜੀ ਕਰੀਮ ਬੇਜ ਕਲਰ, ਦੇਖੋ ਇਸ ਤਰ੍ਹਾਂ ਨਾਲ, ਦੇਖੋ ਆਊਟਿੰਗ, ਇਹ ਚੀਜ਼ਾਂ ਨੇ ਮਤਲਬ ਜੀ ਜਿਹਨੇ ਐਕਸਕਲੂਸਿਵ ਚੀਜ਼ ਪਾਣੀ ਹੈ ਨਾ, ਗਰਮੀਆਂ 'ਚ ਇਕਦਮ ਠੰਡਾ ਠੰਡਾ ਕੂਲ ਕੂਲ, ਪਿਓਰ ਮਲਸ ਕਾਟਨ ਹੈ, ਔਰ ਨਾਲ ਦੁਪੱਟਾ ਵੀ ਇਹਦੇ ਮਲਸ ਕਾਟਨ ਦਾ ਹੀ ਆਏਗਾ, ਲਗਜ਼ਰੀ ਦੀ ਬੋਟਮ ਹੈ, ਦੋ ਨੰਬਰ ਆਈਟਮ, 3100 ਰੁਪਏ ਨਿਕਲਿਆ ਸਿਰਫ ਦਾ ਜੀ। ਡੋਲੀ ਜੀ, ਜਗਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਰੋਬਾਈ ਸਤਿ ਸ਼੍ਰੀ ਅਕਾਲ ਜੀ, ਰਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਗੁਰਤੇਜ ਸਿੰਘ ਜੀ ਸਤਿ ਸ਼੍ਰੀ ਅਕਾਲ, ਮਿਸਿਸ ਨੂਥਾ, ਦਮਨਜੀਤ ਕੌਰ, ਵੈਰੀ ਗੁੱਡ। ਲਓ ਜੀ ਪਿਓਰ ਲਿਲਨ ਦੇ ਉੱਤੇ ਆ ਗਈ ਆਈਟਮ ਜੀ, ਦੇਖੋ ਚੀਜ਼ਾਂ ਦੇਖੋ ਜੀ, ਸੁਪਰ ਡੁਪਰ ਆਈਟਮ, ਇਹ ਪ੍ਰਿੰਟਿੰਗ ਹੈ ਸਾਰੀ, ਉੱਤੇ ਹਲਕਾ ਹਲਕਾ ਨੋਟ ਦਾ ਕੰਮ ਹੈ, ਫਲਾਵਰ ਉੱਤੇ ਹਲਕਾ ਹਲਕਾ ਪਰ ਲੱਗਿਆ ਹੋਇਆ, ਆਹ ਨੀਚੇ ਪੂਰੀ ਇਮਬਰਾਇਡਰੀ ਹੈ ਸਾਰੀ ਇਸ ਦਾ, ਇਹ ਡੱਬੇ ਬਣੇ ਨੇ ਸਾਰੇ ਜਿਹਦੇ 'ਚ ਫਲਾਵਰ ਸੈੱਟ ਕੀਤੇ ਨੇ ਇਮਬਰਾਇਡਰੀ ਦੇ, ਨੀਚੇ ਬਹੁਤ ਬਰੀਕੀ ਦੀ ਲੇਸ ਲੱਗੀ ਹੋਈ ਹੈ, ਇਹ ਜਿੰਨਾ ਮਰਜ਼ੀ ਘੇਰਾ ਰੱਖੋ, ਫੁੱਲ ਬਾਜੂ ਦੀ ਆਪਸ਼ਨ ਹੈ, ਗੰਗਾ ਮਿਲ ਦਾ ਕੋਨਸੈਪਟ ਹੈ, ਦੁਪੱਟਾ ਪਿਓਰ ਸ਼ਿਫੋਨ ਦਾ, ਉਹਦੇ ਚਾਰੇ ਪਾਸੇ ਪ੍ਰਿੰਟਿੰਗ ਆਏਗੀ ਇਸ ਤਰ੍ਹਾਂ ਜੀ, ਪ੍ਰਿੰਟਿੰਗ ਹੈ ਸੈਂਟਰ ਦੇ ਵਿੱਚ, ਜਮੈਟਰੀਕਲ ਪ੍ਰਿੰਟ ਹੈ, ਆਹ ਲੁੱਕ ਆਏਗੀ, ਇਹ ਹੈਗਾ ਲੈਮਨ ਕਲਰ ਜੀ, ਅਤੇ ਦੂਜਾ ਹੈਗਾ ਗ੍ਰੀਨਿਸ਼ ਕਲਰ ਜੀ ਵਾਲਾ, ਬਾਕੀ ਜ਼ਬਰਦਸਤ ਚੀਜ਼ ਹੈ। ਲਓ ਜੀ ਦੋ ਕਲਰ ਨੇ ਜੀ, ਮਤਲਬ ਅਲਟੀਮੇਟ ਪੀਸ ਦੋਨੇ ਜੀ, ਲਓ ਜੀ ਆਹ ਲੁੱਕ ਆਏਗੀ ਪੂਰੇ ਆਰਟਿਕ, ਪਿਓ ਲੇਲਨ ਦੇ ਉੱਤੇ ਕਾਟਨ ਦੀ ਬੋਟਮ ਸ਼ਿਫੋਨ ਦੀ ਚੁੰਨੀ ਨਾਲ, ਤਿੰਨ ਨੰਬਰ ਆਈਟਮ ਸਿਰਫ 2180 ਪਿਓ ਲੇਲਨ ਉੱਤੇ, ਵੈਰੀ ਗੁੱਡ, ਪੀਸ ਵੀ ਸੋਹਣਾ ਯਾਰ ਨਾ। ਲਓ ਜੀ ਕਿਆ ਦੇਖੋ, ਜਿਹੜਾ ਮਿਲ ਮਿਡ ਕਾਟਨ ਹੈ ਜੀ, ਇਹ ਬਹੁਤ ਅੱਛੇ ਬ੍ਰਾਂਡ ਦਾ ਪੀਸ ਹੈ ਜੀ, ਇਹਦਾ ਟੈਕਫੈਬ ਬ੍ਰਾਂਡ ਦਾ ਕੋਨਸੈਪਟ ਹੈਗਾ, ਬੋਟਮ ਬਿਟ ਪਲੇਨ ਆ, ਨਹੀਂ ਇੱਦਾਂ ਦਾ ਹੈ ਨਾ, ਹਾਂ ਇੱਦਾਂ ਕਰ, ਇੱਦਾਂ ਨਾ ਕਰ, ਆਹ ਦੇਖੋ ਨੀਚੇ ਪਲਾਜ਼ੋ, ਚਿਕਨਕਾਰੀ ਦਾ ਪਲਾਜ਼ੋ ਹੈ ਜੀ ਇਹਦਾ, ਨੀਚੇ ਸਕੈਲਪਿੰਗ ਦੇ ਵਿੱਚ, ਅਤੇ ਨਾਲ ਇਹਦੇ ਸ਼ਰਟ ਦੇਖੋ ਪ੍ਰਿੰਟਿੰਗ ਦੇ ਵਿੱਚ, ਇਹ ਟੈਕਫੈਬ ਦਾ ਬ੍ਰਾਂਡ ਆ ਜੀ, ਪ੍ਰੋਪਰ ਚੀਜ਼ਾਂ ਬਣਦੀਆਂ ਇਹਨਾਂ ਦੀ ਨਾਪ ਤੋਲ ਕੇ, ਆਹ ਦੇਖੋ ਪ੍ਰਿੰਟਿੰਗ ਕੱਪੜਾ ਹੀ, ਉਹਨੂੰ ਤੁਸੀਂ ਹੱਥ 'ਚ ਆਏਗਾ ਨਾ, ਮਤਲਬ ਤੁਸੀਂ ਲੈਨਿੰਗ ਤੋਂ ਬਿਨਾਂ ਸਵਾਓ, ਐਨ ਸੁਪਰ ਡੁਪਰ ਆਈਟਮ, ਹਲਕੀ ਜਿਹੀ ਲੇਸਿਸ ਨੈਕ ਉੱਤੇ, ਉਹਦੇ ਉੱਤੇ ਹਲਕਾ ਹਲਕਾ ਨੋਟ ਦੀ ਸੈਟਿੰਗ ਕੀਤੀ ਹੋਈ ਹੈ, ਹਲਕੀ ਹਲਕੀ ਸਰਬੋਸਕੀ ਹੈ, ਅਤੇ ਆਹ ਨਾਲ ਦੁਪੱਟੇ ਦੇ ਵਿੱਚ ਦੇਖੋ ਬਰਸ਼ਿੰਗ ਕੀਤੀ ਹੈ, ਦੇਖੋ ਇਹ ਚੀਜ਼ਾਂ ਨੇ ਸੁਪਰ ਚੀਜ਼ਾਂ, ਇਹ ਚਾਰੇ ਪਾਸੇ ਪ੍ਰਿੰਟਿੰਗ ਦਾ ਬਾਰਡਰ ਹੈ, ਲੇਸ ਦਾ ਬਾਰਡਰ ਹੈ। ਲਓ ਜੀ ਪ੍ਰਾਈਜ਼ ਦੇ ਬੇਟਾ ਕੀ ਨਿਕਲਿਆ, ਕੋਟੇ ਦੀ ਚੁੰਨੀ ਹੈ ਜੀ, ਇਹ ਹੈਗਾ ਮੋਬਿਸ਼ ਪਿੰਕ, ਅਤੇ ਦੂਜਾ ਹੈਗਾ ਪੀਚਿਸ਼ ਕਲਰ ਜੀ, ਇਹਦੇ 'ਚ ਬਟਨ ਵੀ ਲੱਗੇ ਨੇ, ਉਹ ਵੀ ਇੰਬਰਾਇਡਰੀ ਵਾਲੇ ਨੇ, ਦੇਖੋ ਸਿੱਪੀ ਲੱਗੀ ਹੈ, ਸਰਬੋਸਕੀ ਲੱਗੀ ਹੈ, ਮਤਲਬ ਚੀਜ਼ਾਂ ਬਹੁਤ ਸੋਹਣੀਆਂ ਨੇ ਦੋਨੇ ਜਿਹੜੀਆਂ, ਤੁਹਾਨੂੰ ਬੇਟਾ ਪਾਣੀ ਲਾਉਣਾ ਬਣਾ ਜਾ ਕੇ ਜਾ। ਆਈਟਮ ਨੰਬਰ ਆਈ ਦੀ ਵੀਡੀਓ ਦੀ 4 'ਤੇ ਪ੍ਰਾਈਜ਼ ਪਏਗਾ ਆਪਾਂ ਨੂੰ 2780 ਰੁਪਏ ਜੀ ਸਿਰਫ, ਲੈ ਚਲੋ ਬੇਟਾ।
ਸੋਨੀਆ ਬਾਂਸਲ ਜੀ ਸਤਿ ਸ਼੍ਰੀ ਅਕਾਲ ਜੀ, ਇੰਦਰ ਜੀ ਸਤਿ ਸ਼੍ਰੀ ਅਕਾਲ ਜੀ, ਕਮਲ ਜੀ ਸਤਿ ਸ਼੍ਰੀ ਅਕਾਲ ਜੀ, ਸਤੇਜ ਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀਦੀ। ਸਾਰੇ ਕਿਰਪਾ ਕਰਕੇ ਵੀਡੀਓ ਸ਼ੇਅਰ ਕਰਿਆ ਕਰੋ ਪਲੀਜ਼। ਲਓ ਜੀ ਇੱਕ ਐਚ ਦੇਖੋ ਰਸਤਾ ਜੀ, ਇਹ ਚੀਜ਼ਾਂ ਮੈਡਮ ਜੀ ਤੁਹਾਨੂੰ ਦਿਖਾਈ ਗਿਆ, ਸੁਪਰ ਬੰਬ ਪੀਸ ਐ ਪ੍ਰਿੰਟਿੰਗ ਹੈਗਾ ਜੀ। ਦੇਖੋ ਜੀ ਇਸ ਸਾਈਡ ਤੇ ਜਿਗ ਜੈਗ ਆ ਗਿਆ, ਇੱਧਰ ਫਲਾਵਰ ਆ ਗਏ, ਲਿਲਨ ਦਾ ਬੇਸ ਹੈ ਸਾਰਾ, ਇਹ ਟੋਟਲ ਪ੍ਰਿੰਟਿੰਗ ਹੈ। ਉੱਪਰ ਸਿਰਫ ਦੋ ਬਰੋਚ ਦਿੱਤੇ ਨੇ ਐਮਬਰਾਇਡਰੀ ਦੇ, ਉਹਨੂੰ ਔਰਗੈਂਜ਼ਾ ਉੱਤੇ ਕਰਕੇ ਇੱਥੇ ਸਿਰਫ ਬਰੋਚ ਛੱਟ ਕੀਤੇ ਨੇ, ਜਾਂ ਨੈੱਟ ਤੇ ਲਾ ਲਓ ਜਾਂ ਔਰਗੈਂਜ਼ਾ ਤੇ ਲਾ ਲਓ, ਮਤਲਬ ਸਿੱਧੀ ਐਮਬਰਾਇਡਰੀ ਹੁੰਦੀ, ਪੈਚ ਬਣਾ ਕੇ ਫਿਰ ਲਾਉਣੇ ਪੈਂਦੇ ਨੇ ਤਾਂ ਕਿ ਕਲਰ ਮੈਚਿੰਗ ਸੇਮ ਕਰਨੀ ਪੈਂਦੀ ਆ। ਇਹ ਪੂਰੀ ਸ਼ਰਟ ਦਾ ਫਰੰਟ ਆਏਗਾ, ਦੇਖੋ ਇੱਦਾਂ ਹੀ ਬੈਕ ਆਏਗੀ, ਯੈਲੋ ਕਲਰ ਦੀ ਬੋਟਮ ਹੈ, ਦੁਪੱਟਾ ਨਾਲ ਹੋਏ 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 ਬੰਬ ਆਈਟਮ ਜੀ, ਪਿਓਰ ਮਸਲੀਨ ਦਾ ਦੁਪੱਟਾ, ਸੁਪਰ ਪ੍ਰਿੰਟਿੰਗ, ਕੱਪੜਾ ਹੀ ਬਹੁਤ ਸੋਹਣਾ, ਡਿਜੀਟਲ ਪ੍ਰਿੰਟਿੰਗ ਉਹਦੇ 'ਤੇ। ਦੇਖੋ ਦਿਲ ਨਹੀਂ ਕਰਦਾ ਵੀ ਤੁਹਾਨੂੰ ਦਿਖਦਾ ਦਿਖਾਈ ਚਲਾ ਪ੍ਰਿੰਟ, ਇੰਨਾ ਵਧੀਆ ਪ੍ਰਿੰਟ ਆ ਦੁਪੱਟੇ ਉੱਤੇ। ਲਓ ਜੀ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਕਲਰ ਮੈਚਿੰਗ ਦੇਖੋ, ਦੂਜਾ ਕਲਰ ਵੀ ਦੇਖੋ ਇਹਦੇ 'ਚ। ਇਹਦੇ ਨਾਲ ਬੋਟਮ ਯੈਲੋ ਕਲਰ ਦੀ ਹੈ, ਇਹਦੇ ਨਾਲ ਬੋਟਮ ਹੈਗੀ ਹੈ ਗ੍ਰੇ ਕਲਰ ਦੀ, ਹੈ ਨਾ, ਇਹਦੇ ਨਾਲ ਬੋਟਮ ਗ੍ਰੇ ਕਲਰ ਦੀ ਹੈ। ਲਓ ਜੀ ਇਹ ਦੁਪੱਟੇ 'ਚ ਗ੍ਰੇ ਆਊਗਾ। ਲਓ ਜੀ ਸੁਪਰ ਸੁਪਰ ਪੀਸ ਤੁਹਾਨੂੰ ਆ ਰਹੇ ਸਾਰੇ ਜੀ, ਸੁਪਰ ਪੀਸ। ਆਈਟਮ ਨੰਬਰ 5 ਦੇ ਪ੍ਰਾਈਸ ਪਏਗਾ ਸਿਰਫ 2800 ਰੁਪਈਆ, 2800 ਓਨਲੀ। ਨੈਕਸਟ ਲਓ ਜੀ, ਰੇਨੂ ਜਾਂਗੜਾ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਰੇਨੂ ਜਾਂਗੜਾ ਜੀ, ਦੀਪ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਿਤਾ ਠਾਕੁਰ ਜੀ ਸਤਿ ਸ਼੍ਰੀ ਅਕਾਲ ਜੀ, 1500 ਕੀ ਰੇਂਜ ਮੇਂ ਵੀ ਦਿਖਾਓ, ਸਭੀ ਦਿਖਾਏਗੇ ਮੈਡਮ ਜੀ, ਐਸੀ ਗੱਲ ਨਹੀਂ। ਲਓ ਜੀ ਕੈਚੀ ਸਾਡੀ ਬਹੁਤ ਸੁਪਰ ਗਈ ਜੀ ਅਲੀ, ਇਹ ਲਗਜ਼ਰੀ ਕਾਟਨ ਹੈ ਜੀ ਅਲੀ, ਮਿਲ ਮੇਡ ਫੈਬਰਿਕ ਹੈ, ਉਹਦੇ 'ਤੇ ਦੇਖੋ ਐਕਸਕਲੂਸਿਵ ਸਾਰਾ ਪੈਚਿੰਗ ਦਾ ਕੰਮ ਹੈ, ਫਿਰ ਪੈਚ ਦੇ ਵਿੱਚ ਸਾਰੀ ਇਹ 'ਚ ਹੋਲ ਦਿੱਤੇ ਆ ਐਮਬਰਾਇਡਰੀ, ਸਾਰੇ ਕਾਫੀ ਨਾਲ ਐਮਬਰਾਇਡਰੀ ਬਣਦੀ ਹੈ, ਕੰਪਿਊਟਰਾਈਜ ਨੀਚੇ ਬਹੁਤ ਫੈਂਸੀ ਇੱਦਾਂ ਹੀ ਐਮਬਰਾਇਡਰੀ ਨੀਚੇ ਲੇਸਿਸ ਟਾਈਪ, ਇਹ 3 ਪੱਤੇ ਸਾਰੇ ਕਟਿੰਗ ਵਾਲੇ ਆ ਗਏ, ਫਿਰ ਉੱਪਰ ਨੈਕ ਦੇ ਸੇਮ ਇੱਦਾਂ ਹੀ ਆ ਗਿਆ, ਠੀਕ ਹੈ ਜੀ ਅਲੀ। ਆਲ ਓਵਰ ਸ਼ਰਟ ਫਰੰਟ ਬੈਕ ਸੇਮ ਆਏਗੀ, ਬੋਟਮ ਆਏਗੀ ਸੇਮ ਕਲਰ ਦੀ, ਪਲੇਨ ਲਗਜ਼ਰੀ ਕਾਟਨ ਦੀ, ਕੋਟੇ ਦਾ ਦੁਪੱਟਾ ਆਏਗਾ ਉਹਦੇ 'ਤੇ, ਪੂਰੀ ਲੈਂਥ ਵਾਲੇ ਪਾਸੇ ਐਮਬਰਾਇਡਰੀ ਪੈਚਿੰਗ ਲੇਸਿਸ ਸਭ ਕੁਛ। ਇਹ ਚੀਜ਼ਾਂ ਨੇ ਜੀ ਐਕਸਕਲੂਸਿਵ ਸਾਰੇ, ਕੋਈ ਇਹ ਪੈਚ ਨਹੀਂ ਲੱਗੇ ਉਹਨੇ, ਸਾਰੀ ਕਢਾਈ ਕਰਨੀ ਪੈਂਦੀ ਹੈ ਜੀ, ਬੜੀ ਮਿਹਨਤ ਨਾਲ ਚੀਜ਼ਾਂ ਬਣਦੀਆਂ ਨੇ ਮੈਡਮ। ਇਹ ਦੂਜਾ ਕਲਰ ਆਏਗਾ ਗ੍ਰੀਨ, ਉਹਦੇ ਉੱਤੇ ਵੀ ਬਲੈਕ ਹੀ ਆਊਗਾ ਜੀ ਇਹਦੇ 'ਚ, ਜ਼ਬਰਦਸਤ ਪੀਸ, ਮਤਲਬ ਤੁਸੀਂ ਲਾਈਨਿੰਗ ਤੋਂ ਬਿਨਾਂ ਕੱਪੜਾ ਯੂਜ਼ ਕਰ ਸਕਦੇ ਹੋ, ਆਈਟਮ ਬਹੁਤ ਸੋਹਣੀ ਹੈ। ਆਈਟਮ ਨੰਬਰ 6 'ਤੇ ਪ੍ਰਾਈਸ ਪਏਗਾ ਸਿਰਫ 4380 ਰੁਪਈਏ। ਲਓ ਜੀ ਚੀਜ਼ਾਂ ਦੇਖੋ ਮਹਾਰਾਜ ਜੀ, ਤੋਹਫੇ ਤਾਂ ਹੈ, ਤੋਹਫੇ ਹਾਫ ਐਂਡ ਹਾਫ ਐਮਬਰਾਇਡਰੀ ਹੈ, ਪਿਓਰ ਲਿਲਨ ਦਾ ਬੇਸ ਹੈ ਜੀ, ਇਹਦਾ ਪਿਓਰ ਲਿਲਨ, ਇਹਦੇ 'ਤੇ ਹਾਫ ਹਾਫ ਹਲਕੇ ਪੀਚ ਕਲਰ ਦੀ ਆ ਗਈ, ਹਾਫ ਐਮਬਰਾਇਡਰੀ ਗਾਜ਼ਰੀ ਕਲਰ ਦੀ ਆ ਗਈ, ਨੀਚੇ ਪੂਰਾ ਨੀਚੇ ਹੋਲਸ ਚਿਕਨਕਾਰੀ ਦਾ ਨੀਚੇ ਬਾਰਡਰ ਆ ਗਿਆ, ਉਹਦੇ ਉੱਪਰ ਬਹੁਤ ਬਰੀਕੀ ਦੀ ਬੇਲ ਆ ਗਈ ਐਮਬਰਾਇਡਰੀ ਵਾਲੀ, ਸਾਰਾ ਰੇਸ਼ਮ ਦਾ ਕੰਮ, ਫਿਰ ਨੀਚੇ ਲੇਸਿਸ ਮੈਡਮ ਜੀ, ਇੰਨੇ ਇੰਨੀ ਤੁਹਾਨੂੰ ਨਖਰੇ ਕਿਸੇ ਵੀ ਬੁਟੀਕ ਨੇ ਕਰਕੇ ਨਹੀਂ ਦੇਣੇ ਜੀ, ਜੋ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਪੀਸ, ਤੁਸੀਂ ਬੁਟੀਕ ਨੂੰ ਕਹੋ ਵੀ ਆਹ ਪੀਸ ਭਾਜੀ ਮੈਂ ਲੈ ਕੇ ਆਈ ਹਾਂ, ਮੈਨੂੰ ਸੇਮ ਕਾਪੀ ਕਰ ਦਿਓ, ਜੇ ਤੁਹਾਨੂੰ 10,000 ਰੁਪਏ 'ਚ ਪੀਸ ਬਣਾਉਣਾ ਤਾਂ ਸਾਡੀ ਗਰੰਟੀ ਆ, ਕੋਟਨ ਦਾ ਪੀਸ ਲਿਲਨ 'ਤੇ ਬਣਿਆ ਹੋਇਆ। ਆਹ ਦੇਖੋ ਨੈੱਕ ਉੱਤੇ ਆਹੀ ਲੇਸ ਨੀਚੇ ਲੱਗੀ ਹੈ, ਇਹੀ ਨੈੱਕ ਉੱਤੇ ਪੱਟੀ ਦਿੱਤੀ ਨਾਲ ਨਾਲ ਲੇਸੀ ਦਾ, ਉੱਪਰੋਂ ਸ਼ੋਲਡਰ ਤੋਂ ਲੈ ਕੇ ਨੀਚੇ ਤੱਕ ਇਹਦੇ 'ਚ ਬੋਟਮ ਆਪਣਾ ਪੋਕਟ ਲੇਬਲ ਤੱਕ ਸਾਰਾ ਬਾਰਡਰ ਆਏਗਾ, ਫਿਰ ਬੂਟੀ ਸਾਰੀ ਆ ਗਈ। ਲਓ ਜੀ ਸੇਮ ਕਲਰ ਦੀ ਬੋਟਮ ਆਏਗੀ ਲਗਜ਼ਰੀ ਕਾਟਨ ਦੀ, ਅਤੇ ਦੁਪੱਟੇ ਦੇ ਉੱਪਰ ਦੇਖੋ ਜਰਾ, ਦੁਪੱਟੇ ਦੇ ਪੂਰੀ ਐਮਬਰਾਇਡਰੀ ਪੱਲਿਆਂ 'ਤੇ ਔਰਗੈਂਜ਼ਾ ਦੀ ਚੁੰਨੀ ਹੈ, ਬੂਟੀ ਆਏਗੀ, ਦੋ ਰੰਗ ਨੇ ਬੇਟਾ 'ਚ ਵੀ, ਇੱਕ ਰੰਗ ਗ੍ਰੇ ਆਇਆ ਬਹੁਤ ਸੋਹਣਾ ਜੀ ਇਹ 'ਚ, ਦੂਜਾ ਗ੍ਰੇ ਕਲਰ ਆ ਜੀ ਇਹਦਾ,
ਦੇਖੋ ਬੇਸ ਵੀ ਚੇਂਜ ਹੋ ਗਿਆ ਇਹਦੇ ਉੱਪਰ, ਗ੍ਰੇ ਦੇ ਉੱਤੇ ਗ੍ਰੇ ਆ ਗਿਆ, ਇਹ ਨਹੀਂ ਕਿ ਲੇਸ ਚੱਕ ਕੇ ਲਾਤੀ ਹੈ, ਇਹ ਗ੍ਰੇ ਨਾਲ ਗ੍ਰੇ ਮੈਚਿੰਗ ਹੈ, ਇਹ ਪੀਚ ਨਾਲ ਪੀਚ ਮੈਚਿੰਗ ਹੈ। ਬੰਬ ਆਈਟਮ ਦੋ ਜੀ, ਪ੍ਰਾਈਸ ਕੀ ਨਿਕਲਿਆ? ਆਈਟਮ ਨੰਬਰ ਅੱਜ ਦੀ ਵੀਡੀਓ ਦੀ 7 ਪ੍ਰਾਈਜ਼ ਪਏਗਾ 3920 ਓਨਲੀ। ਚਲੋ ਓਕੇ ਜੀ, ਸਿੱਧੀ ਬਸ ਵੀਡੀਓ ਸ਼ੇਅਰ ਕਰ ਦਿਆ ਕਰੋ, ਤੁਹਾਡੇ ਅੱਗੇ ਇਹੀ ਰਿਕੁਐਸਟ ਹੈਗੀ ਹੈ, ਕਿਉਂਕਿ ਅਸੀਂ ਤੁਹਾਨੂੰ ਠੀਕ ਹੈ, ਤੁਸੀਂ ਵੀ ਮਿਹਨਤ ਕਰਦੇ ਹੋ ਵੀਡੀਓ ਦੇਖਣ ਲੱਗੇ, ਐਸੀ ਗੱਲ ਨਹੀਂ, ਤੁਹਾਨੂੰ ਵੀ ਟਾਈਮ ਲੱਗਦਾ, ਕੱਢਣਾ ਪੈਂਦਾ, ਇੱਦਾਂ ਨਹੀਂ ਕਿ ਵੀਡੀਓ ਮੋਬਾਈਲ ਖੋਲਿਆ ਅਤੇ 2 ਮਿੰਟ 'ਚ ਦੇਖ ਲਈ, ਠੀਕ ਆ, 15-20 ਮਿੰਟ ਅੱਧਾ ਘੰਟਾ ਲਾਉਣਾ ਪੈਂਦਾ, ਤੁਸੀਂ ਵੀ ਮਿਹਨਤ ਕਰਦੇ ਹੋ, ਪਰ ਮਾੜਾ ਜਿਹਾ ਸ਼ੇਅਰ ਕਰ ਦਿਆ ਕਰੋ, ਬਸ ਇੰਨਾ ਕਰ ਦਿਆ ਕਰੋ, ਬੜੀ ਤੁਹਾਡੀ ਮਿਹਰਬਾਨੀ ਹੈ। ਲਓ ਜੀ, ਪਿਓਰ ਮਸਲੀਨ ਦੇ ਉੱਤੇ ਖੁਸ਼ਬੂ ਵਾਲਾ ਫੈਬਰਿਕ ਆ ਗਿਆ ਜੀ, ਇਹਦਾ ਖੁਸ਼ਬੂ ਵਾਲਾ ਪ੍ਰਿੰਟ ਫੈਬਰਿਕ, ਮਤਲਬ ਕਲਰ ਬਹੁਤ ਪਿਆਰਾ ਜਾਮਨੀ ਕਲਰ ਹੈ ਜੀ, ਇਹਦਾ ਸੇਮ ਇਹਦੀ ਇਸ ਤਰ੍ਹਾਂ ਹੀ ਇਹਦੇ 'ਚ ਪ੍ਰਿੰਟਿੰਗ ਬੈਕ ਆਏਗੀ, ਬੋਟਮ ਪਲੇਨ ਆਏਗੀ, ਇਹ ਨਾਲ ਦੁਪੱਟਾ ਆਏਗਾ ਇਹਦੇ 'ਚ। ਇਹ ਦੂਜਾ ਆਏਗਾ ਪੀਸ ਇਹਦੇ 'ਚ ਲਾਈਟ ਬਲੂ ਕਲਰ ਜੀ ਫਲਾਵਰ ਵਾਲਾ, ਅਤੇ ਤੀਜਾ ਆ ਗਿਆ ਬਟਰਫਲਾਈ ਵਾਲਾ। ਤੁਹਾਨੂੰ 3 ਡਿਜ਼ਾਈਨ ਦਿਖਾਏ ਨੇ, ਫੈਬਰਿਕ ਇੱਕੋ ਹੀ ਹੈ, ਕਲਰ ਮੈਚਿੰਗ ਅਲੱਗ ਅਲੱਗ ਹੈ, ਡਿਜ਼ਾਇਨਿੰਗ ਅਲੱਗ ਅਲੱਗ ਹੈ। ਇਹ ਟਿਊਲਿਪ ਵਾਲਾ ਪ੍ਰਿੰਟ ਆ ਗਿਆ ਜੀ, ਇਹਦਾ ਇਹ ਬਟਰਫਲਾਈ ਵਾਲਾ ਪ੍ਰਿੰਟ ਆ ਗਿਆ ਜੀ, ਇਹਦਾ ਆਹ ਦੇਖੋ ਨੀਚੇ ਲਾਈਨਾਂ ਵਾਲਾ ਆ ਗਿਆ। ਆਈਟਮ ਨੰਬਰ 8-3 ਸੁਪਰ ਡੁਪਰ ਪੀਸ, ਜਿਵੇਂ 3 ਭੈਣਾਂ ਨੇ ਲੈਣੇ ਹੋਣ, ਦਰਾਣੀ ਜਠਾਣੀ ਨੇ ਲੈਣਾ ਹੋਣ, ਦੇਖੋ ਕਲਰ ਅਲੱਗ ਅਲੱਗ ਹੈ, ਪ੍ਰਿੰਟ ਅਲੱਗ ਅਲੱਗ ਹੈ, ਕੱਪੜਾ ਇੱਕੋ ਹੀ, ਰੇਟ ਇੱਕੋ ਹੀ ਹੈ, 3460 ਆਈਟਮ ਨੰਬਰ 8। ਚਲੋ ਓਕੇ ਜੀ, ਸੁਖਮਨ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਲਕਾ ਜੀ ਸਤਿ ਸ਼੍ਰੀ ਅਕਾਲ ਜੀ, ਇੰਦਰਪ੍ਰੀਤ ਜੀ। ਲਓ ਜੀ, ਚੀਜ਼ ਦੇਖੋ ਜਿਹੜਾ ਜੀ, ਇਹ ਆਰ ਸਟੂਡੀਓ ਦਾ ਪੀਸ ਹੈ ਜੀ, ਇਹ ਨੀਚੇ ਸਾਰੀ ਇੰਬਰਾਇਡਰੀ ਹੈ ਮੈਡਮ ਵਾਲੀ, ਹਾਂਜੀ, ਸਿਰਫ ਤੁਸੀਂ ਇਕੱਲਾ ਪ੍ਰਿੰਟ ਨਾਲ ਦੇਖੀ ਚੱਲਿਓ, ਆਹ ਵੀ ਦੇਖੋ ਸਾਰੀ ਇੰਬਰਾਇਡਰੀ ਨੀਚੇ, ਸੈਲਫ ਆਫ ਵਾਈਟ ਉੱਤੇ ਆਫ ਵਾਈਟ ਇੰਬਰਾਇਡਰੀ, ਨਾਲ ਨਾਲ ਸਕਿਨ ਰੇਸ਼ਮ ਹੈ, ਨਾਲ ਨਾਲ ਪਰਲ ਚੱਲਦਾ ਪਿਆ, ਫਿਰ ਉੱਪਰ ਇਹਦੇ ਫਲਾਵਰ ਆ ਗਿਆ ਜੀ ਸਾਰਾ, ਫਿਰ ਫਲਾਵਰ ਉੱਤੇ ਸਾਰੇ ਓਟਿੰਗਾਂ, ਸਿੱਪੀ ਦਾ ਕੰਮ ਹੈ, ਤਿੱਲੇ ਦਾ ਕੰਮ ਹੈ, ਹਲਕੀ ਹਲਕੀ ਨੋਟ ਦਿੱਤੀ ਹੋਈ ਹੈ, ਫਿਰ ਉੱਪਰ ਪੂਰੀ ਬੂਟੀ ਰੇਸ਼ਮ ਦੀ ਆ ਗਈ ਸੇਮ ਸੈਲਫ ਦੇ ਵਿੱਚ, ਇੱਦਾਂ ਹੀ ਇਹ ਪੂਰੀ ਸ਼ਰਟ ਦਾ ਇਸ ਤਰ੍ਹਾਂ ਫਰੰਟ ਆਏਗਾ, ਬਾਕੀ ਸਭ ਕੁਛ ਪਲੇਨ ਹੈ, ਬਾਕੀ ਕਲਾਕਾਰੀ ਦੁਪੱਟੇ ਉੱਤੇ ਆ, ਕੋਟਨ ਦੀ ਲੇਸ ਹੈ, ਸੇਮ ਕਲਰ ਡਾਈ ਕੀਤਾ ਆ, ਚਾਰੇ ਪਾਸੇ ਟਿਊਲਿਪ ਪ੍ਰਿੰਟ ਆ ਗਿਆ, ਚਾਰੇ ਪਾਸੇ ਪਿਓਰ ਲੋਨ ਕੋਟਨ ਦਾ, ਮਲਸ ਕੋਟਨ ਦਾ ਦੁਪੱਟਾ ਵਾ, ਆਹ ਲੋਕ ਪੂਰੇ ਆਰਟੀਕਲ ਦੀ ਆਏਗੀ, ਇਕਲੌਤਾ ਪੀਸ ਹੀ ਹੈ ਜੀ, ਇਹਦਾ ਪੀਸ ਜਿੰਨੇ ਕਹੋਗੇ ਮਿਲ ਜਾਣਗੇ, 2, 4, 5, 15, 20, ਅਸੀਂ ਮਤਲਬ ਇੱਕ ਨਾਲ ਦੇ 20-20 ਪੀਸ ਪੀਸ ਲੈ ਕੇ ਫਿਰ ਸ਼ੁਰੂ ਕਰੀਦਾ ਕੰਮ। ਆਈਟਮ ਨੰਬਰ 9 ਸਿਰਫ 3140। ਚਲੋ ਓਕੇ ਜੀ, ਲਓ ਜੀ, ਕਿਆ ਪ੍ਰਿੰਟਿੰਗ ਦੇ ਵਿੱਚ ਕੰਸੈਪਟ ਆਏਗਾ, ਪਿਓਰ 2x2 ਕੋਟਨ ਹੈ ਜੀ, ਇਹਦੀ ਆਹ ਦੇਖੋ ਕੱਲ ਨੀਚੇ ਪੂਰੀ ਐਮਬਰਾਇਡਰੀ ਦਾ ਬਾਰਡਰ ਆ ਗਿਆ ਲੇਸਿਸ ਦੇ ਵਿੱਚ, ਆਹ ਫਿਰ ਉੱਪਰ ਲੇਸ ਆ ਗਈ ਨਾਲ ਇਹਦੇ, ਇਹ ਸਾਰੀ ਉੱਪਰ ਇਹਦੇ 'ਚ ਪੈਚਿੰਗ ਆ ਗਈ ਫਲਾਵਰ ਦੇ ਵਿੱਚ, ਇਹ ਸਾਰਾ ਹੈਂਡਵਰਕ ਨੀਚੇ ਕੀਤਾ ਜੀ ਇਹਦੇ 'ਚ, ਇਹ 'ਚ 3 ਬਰੋਚ ਨੇ, ਇੱਕ ਨੀਚੇ ਘੇਰੇ 'ਤੇ ਆ ਗਿਆ, ਇੱਕ ਆ ਗਿਆ ਥੋੜ੍ਹਾ ਜਿਹਾ ਸਟਮਿਕ ਦੇ ਉੱਪਰ ਹਲਕਾ ਜਿਹਾ, ਇੱਕ ਆ ਗਿਆ ਸ਼ੋਲਡਰ ਦੇ ਉੱਤੇ ਜਿਹੜਾ, ਬੈਕ 'ਤੇ ਸੇਮ ਪ੍ਰਿੰਟਿੰਗ ਆਏਗੀ, ਬੋਟਮ ਆਏਗੀ ਇਸ ਤਰ੍ਹਾਂ ਮਿਕਸਰ ਮੈਚ ਜਿੱਦਾਂ ਲਾਈਨਾਂ ਵਾਲੀ ਹੈ, ਬੋਟਮ ਇਸ ਚੀਜ਼ ਦੀ ਬੋਟਮ ਆਏਗੀ, ਇਹ ਬੋਟਮ ਆ ਗਈ ਜੀ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਦੁਪੱਟਾ, ਇਹ ਨਾਲ ਦੁਪੱਟਾ ਅਲਟੀਮੇਟ ਪੀਸ ਨੇ ਮੈਡਮ ਜੀ, ਅਲਟੀਮੇਟ ਕੋਟੇ ਦਾ ਦੁਪੱਟਾ, ਉੱਤੇ ਪ੍ਰਿੰਟਿੰਗ ਹੈ, ਚਾਰੇ ਪਾਸੇ ਲੇਸ ਹੈ, ਆਹ ਲੁੱਕ ਪੂਰੇ ਆਰਟੀਕਲ ਦੀ ਆਏਗੀ। ਦਿਓ ਜੀ ਪ੍ਰਾਈਜ਼ ਜਨਾਬ ਜੀ ਕੀ ਨਿਕਲਿਆ, ਨਾਲ ਨਾਲ ਦੱਸ ਦਿਆ ਕਰੋ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 10 'ਤੇ ਪ੍ਰਾਈਜ਼ ਪਏਗਾ 3570। ਚਲੋ ਓਕੇ ਜੀ,
ਲਓ ਜੀ, ਕਲੇਲਾਂ ਦੇ ਵਿੱਚ ਹੀ ਆਈਟਮ ਹੋਰ ਬਹੁਤ ਸੋਹਣੀ ਆਈ ਆ। ਆਹ ਦੋਨੇ ਸੇਮ ਨਹੀਂ ਸੀਗੀ, ਆਹ ਤੇ ਆ। ਲਓ ਜੀ, ਲੇਲਨ ਦੇ ਵਿੱਚ ਕਨਸੈਪਟ ਆਇਆ ਨਵਾਂ। ਇਹ ਸਾਰਾ ਨਾ ਦਰਦੋਸੀ ਦਾ ਕੰਮ ਹੈ, ਦਰਦੋਸੀ ਆਰੀ ਦਾ ਕੰਮ ਹੁੰਦਾ, ਰੇਸ਼ਮ ਦਾ ਕੰਮ। ਇਹਨੂੰ ਗੋਲ ਆਰੀ ਵੀ ਬੋਲ ਲੈਂਦੇ ਨੇ, ਦਰਦੋਸੀ ਆਰੀ ਵੀ ਬੋਲ ਦਿੰਦੇ ਨੇ। ਮਤਲਬ ਸਾਰਾ ਮਸ਼ੀਨੀ ਨਹੀਂ, ਹੈਂਡਵਰਕ ਹੁੰਦਾ। ਸਾਰੇ ਪੱਤੇ ਬਣੇ ਨੇ, ਫਲਾਵਰ ਨੇ, ਗ੍ਰੇ ਦੇ, ਬਲੂ ਦੇ, ਗਾਜਰੀ ਦੇ, ਸਕਿਨ ਕਲਰ ਦੀ, ਉਹਦੀ ਟਹਿਣੀ ਬਣੀ ਹੈ, ਪੇੜ ਦੀ ਹੈ। ਇਹ ਪ੍ਰੈਸਿੰਗ ਪੈਟਰਨ ਬੋਲਦੇ ਹੋ ਸਾਰਾ ਜਿਹੜਾ। ਇਹ ਨਾਲ ਬਾਜ਼ੂ 'ਤੇ ਕੰਮ ਆਏਗਾ, ਉੱਪਰ ਦੇਖੋ ਨੈੱਕ ਦੇ ਉੱਤੇ ਸੇਮ ਇੱਦਾਂ ਇੰਬਰਾਇਡਰੀ ਹੈ। ਹਲਕੇ ਹਲਕੇ ਸ਼ੀਸ਼ੇ ਲੱਗੇ ਨੇ। ਆਲ ਓਵਰ ਸੂਟ ਹੈ, ਪਿਓਰ ਲੇਲਨ ਦੇ ਵਿੱਚ ਹੀ 5 ਮੀਟਰ ਸੂਟ ਹੈ ਇਹ। ਲਾਈਨਿੰਗ ਸ਼ਰਟ ਨਹੀਂ ਚਲਵਾਲੋਂਗੇ ਤਾਂ ਗੱਡਪ ਜ਼ਿਆਦਾ ਅੱਛੀ ਹੈਗੀ। ਦੁਪੱਟੇ ਦੇ ਚਾਰੇ ਪਾਸੇ ਇੱਕ ਤਾਂ ਇਹ ਲੇਸੀ ਦਾ ਹੈਗੀ ਹੈ, ਗ੍ਰੇ ਕਲਰ ਦੀਆਂ। ਇਹ ਸੇਮ ਕੋਰਨਰ 'ਤੇ ਇੰਬਰਾਇਡਰੀ ਹੈਗੀ, ਚਾਰੇ ਕੋਰਨਰ 'ਤੇ ਇੰਬਰਾਇਡਰੀ ਹੈਗੀ। ਅਤੇ ਵਿੱਚ ਦੇ ਬਲੋਕ ਪ੍ਰਿੰਟਿੰਗ ਆਏਗੀ, ਕੋਟੇ ਦੀ ਚੁੰਨੀ ਹੈ, ਲੇਲਨ ਦੀ ਆਲ ਓਵਰ ਸੂਟ ਦਾ ਫੈਬਰਿਕ ਹੈ। 11 ਨੰਬਰ ਆਈਟਮ ਸਿਰਫ 4530 ਰੁਪਈਏ। ਚਲੋ ਅੱਗੇ ਜੀ, ਲਓ ਜੀ, ਕਿਆ ਵੀ ਦੇਣਾ ਜਿਹੜਾ ਜੀ। ਇਹ ਵੀ ਹੀਰ ਬ੍ਰਾਂਡ ਦਾ ਕੋਨਸੈਪਟ ਆ ਜੀ, ਇਹਦਾ ਪਿਓਰ ਲਗਜ਼ਰੀ ਕੋਟਨ 2x2 ਬੇਸ ਆ ਜੀ। ਇਹਦਾ ਸੋਫਟੀ ਕੋਟਨ ਹੁੰਦਾ ਹੈ, 5 ਮੀਟਰ ਨਹੀਂ, ਇਹਦੇ ਨੀਚੇ ਜਿਹੜਾ ਲੋਅਰ ਆਏਗਾ ਇਸ ਤਰ੍ਹਾਂ ਆਏਗਾ ਸ਼ੇਡਿੰਗ ਦੇ ਵਿੱਚ। ਇਹ ਸਾਰਾ ਮਤਲਬ ਇਹ ਪ੍ਰਿੰਟਿੰਗ, ਮਿਲ ਪ੍ਰਿੰਟਿੰਗ ਹੈ, ਅਤੇ ਇਹ ਡਾਈਂਗ ਕਰਾਇਆ ਸਾਰਾ। ਦੇਖੋ ਜੀ, ਚੀਜ਼ਾਂ ਬਹੁਤ ਅੱਛੇ ਲੈਵਲ ਤੱਕ ਜਾਂਦੀਆਂ ਸਾਰੀਆਂ ਜੀ ਵਾਲੀਆਂ। ਆਹ ਦੇਖੋ, ਨੀਚੇ ਲੇਸੀ ਦਾ, ਪਹਿਲਾਂ ਨੀਚੇ ਸਕੈਲਪਿੰਗ ਵਾਲੀ ਆ ਗਈ ਸਕਿਨ ਕਲਰ ਦੀ, ਫਿਰ ਅੱਗੇ ਬੇਜ ਕਲਰ ਦੀ ਆ ਗਈ ਫਲਾਵਰ ਵਾਲੀ, ਫਿਰ ਨੀਚੇ ਗ੍ਰੀਨ ਕਲਰ ਦੀ ਹੈ, ਫਿਰ ਉੱਪਰ ਗ੍ਰੇ ਕਲਰ ਦੀ। 1, 2, 3, 4, 5 ਤਰ੍ਹਾਂ ਦੀਆਂ ਨੀਚੇ ਦੇਖੋ ਲੇਸਾਂ ਲੱਗੀਆਂ ਹੋਈਆਂ ਇਹਦੇ 'ਚ। ਬਹੁਤ ਬਿਊਟੀਫੁਲ ਪੀਸ ਹੈ ਇਹਦਾ। ਇਹ ਨਹੀਂ ਕਿ ਇੱਕ ਲੇਸ ਚੱਕੀ ਤਾਂ ਲਾਤੀ ਨਾ, ਉੱਪਰ ਪ੍ਰਿੰਟਿੰਗ ਡਿਜੀਟਲ, ਬੋਟਮ ਤੁਸੀਂ ਦੇਖ ਲਈ ਡਿਜ਼ਾਈਨਰ। ਦੁਪੱਟੇ ਉੱਪਰ ਪੂਰੀ ਆਰੀ ਦਾ ਕੰਮ ਹੈ, ਫਿਰ ਬ੍ਰਸ਼ਿੰਗ ਦਾ ਕੰਮ ਹੈ, ਫਿਰ ਗ੍ਰੇ ਕਲਰ ਦੀ ਲੇਸ ਹੈ। ਮਤਲਬ ਕੁੱਲ ਮਿਲਾ ਕੇ ਜ਼ਬਰਦਸਤ ਪੀਸ ਹੈ ਇਹਦਾ। ਲਓ ਜੀ, ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਇਹ 'ਚ ਕਲਰ 1.25 ਲੱਖ ਹੀ ਆ, ਪੀਸ ਜਿੰਨੇ ਕਹੋਗੇ ਮਿਲ ਜਾਣਗੇ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 12 ਪ੍ਰਾਈਜ਼ ਪਏਗਾ 4510। ਲਓ ਜੀ, ਇੱਕ ਲੀਨੋ ਕੋਟਨ ਦੇ ਉੱਤੇ ਆਈਟਮ ਆਈ ਹੈ, ਵੀ ਚੀਜ਼ ਬਹੁਤ ਪਿਆਰੀ ਹੈ ਜੀ ਵਾਲੀ। ਆਲ ਓਵਰ ਸੂਟ ਹੈ, 5 ਮੀਟਰ ਜੀ ਇਹ। ਇਹ ਸਾਰਾ ਫਿਗਰ ਪ੍ਰਿੰਟਸ ਹੈ ਜੀ ਵਾਲਾ, ਨੀਚੇ ਪੈਚ ਦੇ ਕੇ ਨਾ, ਉਸ ਤਰ੍ਹਾਂ ਜਿਵੇਂ ਡੋਲੀ ਵਾਲੇ ਡਿਜ਼ਾਇਨ ਆਉਂਦੇ ਨੇ, ਸਾਰਾ ਇਸ ਤਰ੍ਹਾਂ ਇਹ ਉਸਦਾ ਫਿਗਰ ਪ੍ਰਿੰਟ ਬਣਿਆ ਸਾਰਾ। ਇੰਬਰਾਇਡਰੀ ਦੇ ਵਿੱਚ ਪ੍ਰਿੰਟ ਹੁੰਦਾ, ਮਤਲਬ ਉਹਨੂੰ ਇੰਬਰਾਇਡਰੀ 'ਚ ਕਨਵਰਟ ਕੀਤਾ ਹੋਇਆ ਸਾਰਾ, ਜਿਵੇਂ ਨਾਰਕਲੀ ਪਹਿਨਿਆ ਹੋਇਆ ਵਾ ਡੰਮੀ ਦੇ ਉੱਤੇ, ਜਾਂ ਇਸ ਤਰ੍ਹਾਂ ਫੋਟੋ 'ਤੇ ਜੋ ਵੀ ਹੈ। ਇਹ ਸਾਰਾ ਬ੍ਰਸ਼ਿੰਗ ਆ ਗਈ, ਉਹਦੇ 'ਤੇ ਗੋਟੇ ਦਾ ਕੰਮ ਹੈ, ਸਾਰਾ ਆਰੀ ਦਾ ਕੰਮ ਆ ਗਿਆ, ਫਿਰ ਇਹ ਫਲਾਵਰ ਉੱਤੇ ਆਊਟਿੰਗ ਆ ਗਈ, ਫਿਰ ਸਹੀ ਦੂਜੀ ਪੈਟਰਨ ਆ ਗਿਆ ਇਹਦੇ 'ਚ। ਬਹੁਤ ਐਕਸਕਲੂਸਿਵ ਹੈ ਜੀ। ਇਹ ਪੂਰੀ ਸ਼ਰਟ ਦਾ ਫਰੰਟ ਹੈ, ਅਤੇ ਇਹ ਉੱਪਰ ਇਹਦੇ 'ਚ ਨੈਕ ਸੈਟਿੰਗ ਆਏਗੀ ਇਹਦੇ 'ਚ। ਦੇਖੋ, ਇੱਕ ਇੱਕ ਪੀਸ ਤੁਹਾਨੂੰ ਸੁਪਰ ਡੁਪਰ ਦਿਖਾਈ ਦਾ। ਦੁਪੱਟਾ ਦੇਖੋ ਨਾਲ, ਫਿਰ ਕੱਪੜਾ ਬਹੁਤ ਪਿਆਰਾ ਲੀਨੋ ਕੋਟਨ ਦੇ ਵਿੱਚ। ਦੁਪੱਟੇ ਦੇ ਲੈਂਥ ਵਾਲੇ ਪਾਸੇ ਪੂਰੀ ਪਹਿਲਾਂ ਬ੍ਰਸ਼ਿੰਗ ਹੈ, ਉਹਦੇ ਉੱਪਰ ਇੰਬਰਾਇਡਰੀ ਹੈ, ਨਾਲ ਨਾਲ ਗੋਟੇ ਦਾ ਕੰਮ ਹੈ, ਆਰੀ ਦੇ ਫਲਾਵਰ ਨੇ, ਚਾਰੇ ਪਾਸੇ ਕੋਟਨ ਦੀ ਲੇਸ ਹੈ। ਆਹ ਲੁੱਕ ਪੂਰੇ ਆਰਟੀਕਲ ਦੀ ਆਏਗੀ। 13 ਨੰਬਰ ਆਈਟਮ 4480। ਚਲੋ ਅੱਗੇ ਜੀ, ਲਓ ਜੀ, ਇੱਕ ਮੇਰੇ ਕੋਲ ਆਈਟਮ ਲੈ ਲੈਣ, ਬਹੁਤ ਪਾ ਸਾਡੇ ਕੋਲ ਯਾਰੀ। ਇਹ ਗੰਗਾ ਬ੍ਰਾਂਡ ਦਾ ਬੇਸ ਹੈ ਜੀ, ਇਹਦਾ ਲੇਲਨ ਦੇ ਵਿੱਚ। ਆਹ ਦੇਖੋ, ਇਹ ਸਾਰੀ ਪ੍ਰਿੰਟਿੰਗ ਹੈ ਮੈਡਮ ਜੀ। ਫਿਰ ਇਹਦੇ 'ਚ ਇਹ ਬੋਟਲ ਦਿੱਤਾ ਸਾਰਾ ਡਿਜ਼ਾਇਨਿੰਗ ਵਾਸਤੇ। ਇਹਨੂੰ ਆਪਾਂ ਘੇਰੇ 'ਤੇ, ਚੱਕਾਂ 'ਤੇ, ਬਾਜ਼ੂ 'ਤੇ, ਨਾਲ ਨਾਲ ਲੇਸ ਦਿੱਤੀ ਹੋਈ ਹੈ, ਅਤੇ ਆਹ ਪ੍ਰਿੰਟਿੰਗ ਹੈ ਸਾਰੀ ਘੇਰੇ ਉੱਤੇ। ਫਿਰ ਉਹਦੇ ਉੱਤੇ ਦੇਖੋ, ਬਹੁਤ ਖੂਬਸੂਰਤ ਕੰਮ ਕੀਤਾ, ਹਲਕਾ ਜਿਹਾ ਤਿੱਲੇ ਨਾਲ, ਆਰੀ ਨਾਲ, ਸਿੱਪੀ ਨਾਲ। 1, 2, 3 ਫਲਾਵਰ ਬਣੇ ਨੇ ਘੇਰੇ ਘੇਰੇ ਉੱਤੇ, ਫਿਰ ਉੱਪਰ ਸਿੰਗਲ 2 ਫਲਾਵਰ ਨੇ। ਮਤਲਬ ਬਹੁਤ ਹੀ ਬਰੀਕੀ ਦਾ ਕੰਮ ਹੈ ਜੀ ਇਹਦਾ। ਫਿਰ ਬਟਨ ਵਾਸਤੇ ਲੇਸ ਦਿੱਤੀ ਹੋਈ ਹੈ।
ਮਤਲਬ ਇਹ ਚੀਜ਼ਾਂ ਨੇ ਨਖਰੇ ਵਾਲੀਆਂ ਜਿਹੜੀਆਂ। ਫਿਰ ਕਾਟਨ ਦੀ ਨੀਚੇ ਲੇਸ ਆ ਗਈ, ਇਹ ਨਾਲ ਦੁਪੱਟੇ ਤੇ ਚਿਕਨਕਾਰੀ ਦਾ ਦੁਪੱਟਾ ਵਾ, ਉਹਦੇ ਤੇ ਲੇਸ ਆ, ਡਿਜੀਟਲ ਪ੍ਰਿੰਟਿੰਗ ਆ, ਲੇਕਿਨ ਪੀਸ ਬਹੁਤ ਜ਼ਬਰਦਸਤ ਆ। 14 ਨੰਬਰ ਆਈਟਮ 3780। ਨੈਕਸਟ ਲਓ ਜੀ, ਉਹ ਹੀ ਰਿਪੀਟ ਦੇ ਵਿੱਚ ਆਈਟਮ ਆਈ ਆ, ਪਿਓਰ ਮਸਲੀਨ ਦੇ ਉੱਤੇ ਆਈਟਮ ਆਈ ਆ। ਪਹਿਲਾਂ ਗ੍ਰੀਨ ਆਇਆ ਸੀ, ਪਿੰਕ ਆਇਆ ਸੀ, ਨਾਲ ਨਾਲ ਨਿਕਲ ਗਏ ਸਾਰੇ ਜੀ। ਅੱਜ ਇਹਦੇ 'ਚ ਆਇਆ ਬਲੂ ਕਲਰ ਜੀ ਵਾਲਾ। ਇਹ ਨੀਚੇ ਬੋਟਮ ਤੇ ਕੰਮ ਆਏਗਾ ਲੇਸਿਸ, ਨੀਚੇ ਪਲਾਜ਼ੋ ਪੈਂਟ ਤੁਸੀਂ ਜੋ ਵੀ ਬਣਾਉਣਾ ਉੱਤੇ ਵਰਕ ਆਏਗਾ ਲੇਸਿਸ ਦਾ। ਆਹ ਪ੍ਰਿੰਟਿੰਗ ਆਏਗੀ ਸ਼ਰਟ ਉੱਤੇ। ਇਹ ਸਾਰੀ ਪ੍ਰਿੰਟਿੰਗ ਆ ਡਿਜੀਟਲ ਜੀ ਵਾਲੀ। ਇਹ ਪੈਨਲ ਪ੍ਰਿੰਟਿੰਗ ਆ ਗਿਆ ਪਾਕਿਸਤਾਨੀ ਸਟਾਈਲ, ਨੀਚੇ ਘੇਰੇ ਤੇ ਬਾਰਡਰ ਆ ਗਿਆ ਐਮਬਰਾਇਡਰੀ ਵਾਲਾ। ਫਿਰ ਨੈਕ ਉੱਤੇ ਪੂਰੀ ਡੋਰੀ ਦਾ ਕੰਮ ਕੀਤਾ ਹੋਇਆ। ਇਹ ਪੈਚ ਨਹੀਂ ਹੈਗਾ, ਸਾਰੀ ਐਮਬਰਾਇਡਰੀ ਹੈ ਜੀ ਇਹ। ਪਿੱਛੇ ਕਿਚ ਮਾੜਾ ਜਿਹਾ ਬਸ, ਆਹ ਲੁੱਕ ਆਏਗੀ ਪੂਰੀ। ਕਲਰ ਹੀ ਬੜਾ ਪਿਆਰਾ ਜੀ, ਪੇਸਟਲ ਜਿਹਾ ਬਲੂ ਕਲਰ ਹੈ, ਆਸਮਾਨੀ ਬਲੂ ਜਿਹਾ ਕਲਰ, ਬਹੁਤ ਘੱਟ ਮਿਲਦਾ ਦੇਖਣ ਨੂੰ ਰੰਗ ਇਹ। ਨਾਲ ਦੁਪੱਟਾ ਵੀ ਇਹਦੇ 'ਚ ਸੇਮ ਚਨੌਨ ਸ਼ਫੋਨ ਦਾ ਦੁਪੱਟਾ, ਔਰ ਇੱਥੇ ਡਿਜੀਟਲ ਪ੍ਰਿੰਟਿੰਗ ਹੈ, ਚਾਰੇ ਪਾਸੇ ਬਾਰਡਰ ਹੈ। ਮਤਲਬ ਕੁੱਲ ਮਿਲਾ ਕੇ ਜ਼ਬਰਦਸਤ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੁਪਰ ਡੁਪਰ ਆਈਟਮ ਹੈ ਜੀ ਇਹਦੀ। ਆਈਟਮ ਨੰਬਰ 15 ਪ੍ਰਾਈਸ ਪਏਗਾ 2930 ਰੁਪਏ ਜੀ। ਹਾਂ ਮੰਗ ਰਿਹਾ ਲਓ ਜੀ, ਕਿਆ ਪਿਓਰ ਮਲਜ਼ ਦੇ ਉੱਤੇ ਆਈਟਮ ਆਈ ਆ ਵੀ, ਰਿਪੀਟ ਆਈਟਮ ਆਈ ਆ। ਮਲਜ਼ ਕਾਟਨ ਦੇ ਉੱਤੇ ਆਲ ਓਵਰ ਪੂਰੀ ਸ਼ਰਟ ਹੈ ਜੀ, ਕਾਟਨ ਦੀ ਬੋਟਮ ਹੈ। ਕੌਣ ਕੀ ਹੋ ਗਿਆ ਪੂਰਾ ਕੋਲੇ ਕਿਹੜੇ ਭਾਈ ਦੇਖੋ, ਸਾਰਾ ਪੈਚਿੰਗ ਹੈ, ਕੰਮ ਦੇਖੋ। ਪਿਓਰ ਲੋਂਗ ਪਿਓਰ ਮਲਜ਼ ਕਾਟਨ ਹੈ ਜੀ ਜਿਹੜੀ। ਇਹ ਦੁਪੱਟਾ ਨਾਲ ਇਹਦੇ ਪੇਸਲੀ ਬਣੀਆਂ ਹੋਈਆਂ, ਇੱਕ ਪਿੰਕ ਕਲਰ ਦੀ, ਇੱਕ ਕਰੀਮ ਕਲਰ ਦੀ, ਚਾਰੇ ਪਾਸੇ ਸਕੈਲਪਿੰਗ ਹੈ। ਆਹ ਲੁੱਕ ਆਏਗੀ, ਬਹੁਤ ਹੀ ਜ਼ਬਰਦਸਤ ਪੀਸ ਹੈ ਜੀ। ਰਜਨੀ ਜੀ ਸੁਪਰ ਪੀਸ ਤੇ ਆਉਂਦਾ ਰਹੇ ਜੀ। ਰਜਨੀ ਵਰਮਾ ਜੀ ਸਤਿ ਸ਼੍ਰੀ ਅਕਾਲ ਜੀ, ਗੋਗਨਾ ਜੀ ਸਤਿ ਸ਼੍ਰੀ ਅਕਾਲ ਜੀ, ਗੁਰਮੀਤ ਜੀ ਸਤਿ ਸ਼੍ਰੀ ਅਕਾਲ ਜੀ, ਜੰਡੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੰਡੂ ਸਾਹਿਬ, ਜੁਨੇਜਾ ਸਾਹਿਬ। ਲਓ ਜੀ, ਆਈਟਮ ਨੰਬਰ 16 ਪ੍ਰਾਈਸ ਦੇਗਾ 7460 ਰੁਪਈਏ। ਲਓ ਜੀ, ਇੱਕ ਫੁਲਕਾਰੀ ਦੇ ਵਿੱਚ ਮੇਰੇ ਕੋਲ ਆਈਟਮ ਆਈ ਆ ਬਹੁਤ ਸੋਹਣੀ। ਦੋ ਤਿੰਨ ਪੀਸ ਹੋਰ ਲੈਣਾ, ਨਹੀਂ ਪਿਆ ਪੀਸ। ਲਓ ਜੀ, ਫੁਲਕਾਰੀ ਦੇਖੋ ਜੀ, ਕਾਟਨ ਦੇ ਉੱਤੇ ਫੁਲਕਾਰੀ ਬਹੁਤ ਦਿਲ ਬਾਰ ਆਈ ਹੈ ਜਿਹੜੀ। ਚਾਰ ਚਾਰ ਕਲਰ ਦੇ ਫੁੱਲ ਨੇ, ਪਰੰਪਰਾ ਫੁਲਕਾਰੀ ਬਣੇ ਨੇ, ਪਰਪਲ, ਪਿੰਕ, ਗ੍ਰੀਨ ਤੇ ਪੈਰਟ ਗ੍ਰੀਨ। 2, 4, 6, 8 ਤੇ 9 ਬੂਟੇ ਬਣੇ ਨੇ ਫੁਲਕਾਰੀ ਦੇ। ਨੀਚੇ ਸਾਰੀ ਇਸ ਤਰ੍ਹਾਂ ਲੇਸਿਸ ਆ ਗਈਆਂ, ਉਹਦੇ ਵੀ ਹਲਕੀ ਹਲਕੀ ਨੀਚੇ ਸ਼ਿਮਰ ਚੱਲਦੀ ਪਈ ਹੈ। ਫਿਰ ਆ ਫੁਲਕਾਰੀ ਦੇ ਪੈਨਲ ਆ ਗਿਆ ਸਾਰਾ, ਤੇ ਉੱਪਰ ਫਿਰ ਨੈਕ ਦੇ ਵੀ ਇਸ ਤਰ੍ਹਾਂ ਫੁਲਕਾਰੀ ਛੋਟੀ ਆ ਗਈ, ਨਾਲ ਨਾਲ ਬਟਨ ਆ ਗਏ। ਮਤਲਬ ਕੁੱਲ ਮਿਲਾ ਕੇ ਬਹੁਤ ਜ਼ਬਰਦਸਤ ਚੀਜ਼ ਆਈ ਵਾਲਾ। ਦੇਖੋ, ਤੁਹਾਡਾ ਫੁਲਕਾਰੀ ਦਾ ਸ਼ੌਂਕ ਵੀ ਪੂਰਾ ਹੋ ਗਿਆ, ਕੱਪੜਾ ਵੀ ਕਾਟਨ ਦਾ ਬਹੁਤ ਵਧੀਆ ਵਾ, ਲਾਈਨਿੰਗ ਤੋਂ ਬਿਨਾਂ ਬਣ ਜਾਏਗਾ। ਫਿਰ ਨਾਲ ਦੁਪੱਟਾ ਵੀ ਬਹੁਤ ਸੋਹਣਾ, ਦੁਪੱਟੇ ਵੀ ਕੋਟੇ ਦਾ ਵਾ ਦੁਪੱਟਾ, ਦੇਖੋ ਲੇਸ ਵੀ ਹਲਕੀ ਜਿਹੀ ਸ਼ਿਮਰ ਦੀ ਲੱਗੀ ਹੋਈ ਹੈ, ਤੇ ਕੋਟੇ ਦਾ ਦੁਪੱਟਾ ਵਾ, ਵਿੱਚ ਪੂਰੀ ਐਮਬਰਾਇਡਰੀ ਹੈ। ਆਈਟਮ ਨੰਬਰ 17 ਸਿਰਫ 3880 ਰੁਪਈਏ ਜੀ। 3880। ਸਰਲਾ ਜੀ ਸਤਿ ਸ਼੍ਰੀ ਅਕਾਲ ਜੀ, ਚਰਨਜੀਤ ਜੀ ਸਤਿ ਸ਼੍ਰੀ ਅਕਾਲ ਜੀ, ਅਨੁਰਾਧਾ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਹਰਭਜਨ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਇੰਦਰ ਜੀ ਸਤਿ ਸ਼੍ਰੀ ਅਕਾਲ ਜੀ, ਰਜਨੀ ਸਤਿ ਸ਼੍ਰੀ ਅਕਾਲ,
ਵੀਨੂ ਦੀਪਕ ਜੀ ਲਓ ਜੀ ਕਿਆ ਵੀ ਦੇਖੋ ਜਰਾ ਜੀ ਪ੍ਰਿੰਟ ਦੇ ਵਿੱਚ ਆਈਟਮ ਆ ਜੀ ਪਿਓਰ ਲਿਨਨ ਦੇ ਉੱਤੇ ਇਹ ਸਾਰੀ ਨੀਚੇ ਇਹ ਪ੍ਰਿੰਟਿੰਗ ਹੈ ਸਾਰੀ ਜਲੀ ਤੁਹਾਨੂੰ ਦੂਰੋਂ ਲੁੱਕ ਲੱਗੂ ਜਿਹਦੇ ਹਲਕੀ ਹਲਕੀ ਨੋਟ ਦਿੱਤੀ ਹੋਈ ਹੈ ਲੇਕਿਨ ਸਾਰਾ ਪ੍ਰਿੰਟਿੰਗ ਹੈ ਫਿਰ ਆਹ ਵੀ ਸਾਰੀ ਪ੍ਰਿੰਟਿੰਗ ਹੈ ਅਤੇ ਆਹ ਦੇ ਉੱਪਰ ਆਊਟਿੰਗ ਆ ਗਈ ਸਾਰੀ ਇਹ 'ਚ ਨੋਟ ਦਾ ਕੰਮ ਹੈ ਸਿੱਪੀ ਦਾ ਕੰਮ ਹੈ ਹਲਕਾ ਹਲਕਾ ਮਤਲਬ ਇੱਥੋਂ ਸ਼ੁਰੂ ਹੋ ਗਿਆ ਨਾ ਘੇਰਾ ਸ਼ਰਟ ਦਾ ਇੱਥੋਂ ਲੈ ਕੇ ਇੱਥੇ ਤੱਕ 1 2 3 4 5 6 ਫਲਾਵਰ ਆਣਗੇ ਜਿਨ੍ਹਾਂ ਦੇ ਉੱਪਰ ਪ੍ਰੋਪਰ ਹਾਈਲਾਈਟ ਕੀਤਾ ਹੋਇਆ ਅਤੇ ਇਹ ਪੈਨਲ ਆ ਗਿਆ ਉਹਦੇ 'ਤੇ ਵੀ ਇੰਬਰਾਇਡਰੀ ਆ ਗਈ ਆਊਟਿੰਗ ਆ ਗਈ ਇਹ ਲੁੱਕ ਆਏ ਗਏ ਪੂਰੇ ਆਰਟੀਕਲ ਦੀ ਬਹੁਤ ਜ਼ਬਰਦਸਤ ਪੀਸ ਹੈ ਜੀ ਇਹਦਾ ਪਿਓਰ ਲਿਨਨ ਦੇ ਉੱਤੇ ਹੈ ਜੀ ਇਹਦਾ ਅਤੇ ਨਾਲ ਦੁਪੱਟਾ ਮਸਲੀਨ ਦੇ ਵਿੱਚ ਵਾਲੇ ਵਿੱਚ ਉਹਦੇ 'ਤੇ ਪ੍ਰਿੰਟਿੰਗ ਹੈ ਲੇਸਿਸ ਹੈ ਮਤਲਬ ਕੁੱਲ ਮਿਲਾ ਕੇ ਜ਼ਬਰਦਸਤ ਪੀਸ ਆਪਾਂ ਜਿਹਨੂੰ ਕਹਿ ਸਕਦੇ ਹਾਂ ਜੀ ਆਈਟਮ ਨੰਬਰ 18 ਪ੍ਰਾਈਜ਼ ਪਏਗਾ 3140 ਕਿਰਨ ਬੈਂਸ ਜੀ ਸਤਿ ਸ਼੍ਰੀ ਅਕਾਲ ਜੀ ਕਿਰਨ ਬੈਂਸ ਸਾਹਿਬ ਸਤਿ ਸ਼੍ਰੀ ਅਕਾਲ ਜੀ ਮਨੀਸ਼ਾ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਿਮਰਨ ਹੋੜਾ ਜੀ ਸਤਿ ਸ਼੍ਰੀ ਅਕਾਲ ਜੀ ਕਲਰ ਦੀਦੀ ਸਿੰਗਲ ਸਿੰਗਲ ਨੇ ਹਾਂਜੀ ਵਰਾਇਟੀ ਤੁਹਾਨੂੰ ਬਹੁਤ ਦਿਖਾ ਰਿਹਾ ਤੁਸੀਂ ਆਰਾਮ ਨਾਲ 5-4 ਪੀਸ ਕਰ ਸਕਦੇ ਹੋ ਠੀਕ ਹੈ ਦੇਖੋ ਪਿਓਰ ਮਸਲੀਨ ਦੇ ਉੱਤੇ ਆਫ ਵਾਈਟ ਆਈਟਮ ਆਫ ਵਾਈਟ ਉੱਤੇ ਬਲੈਕ ਪਿਓਰ ਮਸਲੀਨ ਫੈਬਰਿਕ ਹੈ ਉਹਦੇ ਉੱਪਰ ਸਿੰਗਲ ਸਿੰਗਲ ਸਿੱਪੀ ਆਏਗੀ ਅਤੇ ਇਹ ਉੱਪਰ ਨੈਕ ਸੈਟਿੰਗ ਆ ਗਈ ਇਹਦੇ ਦੇਖੋ ਇੱਦਾਂ ਹੀ ਇੱਥੇ ਵੀ ਹਲਕੀ ਹਲਕੀ ਸਿੱਪੀ ਆ ਗਈ ਸਾਰੀ ਇਸ ਤਰ੍ਹਾਂ ਜੀ ਇਹਦੇ 'ਚ ਇਹ ਪੈਨਲ 'ਤੇ ਪ੍ਰਿੰਟਿੰਗ ਆ ਗਈ ਹੁਣ ਦੇਖੋ ਜਿਹੜੀ ਜ਼ਬਰਦਸਤ ਤੁਹਾਨੂੰ ਚੀਜ਼ ਦਿਖਾਈ ਸੀ ਉਹ ਹੈ ਦੁਪੱਟਾ ਇਹਦਾ ਓਏ ਹੋਏ 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 ਬੰਬ ਆਈਟਮ ਪਿਓਰ ਮਸਲੀਨ ਦੇ ਨਾਲ ਨਾਲ ਔਰਗੈਂਜਾ ਜੋਰਡ ਦੀ ਚੁੰਨੀ ਹੈ ਚਾਰੇ ਪਾਸੇ ਪ੍ਰਿੰਟਿੰਗ ਹੈ ਬਹੁਤ ਹੀ ਜ਼ਬਰਦਸਤ ਜਿਹਨੂੰ ਆਪਾਂ ਕਹਿ ਸਕਦਾ ਇਕਲੌਤਾ ਪੀਸ ਹੀ ਆਇਆ ਜੀ ਇਹਦਾ ਕਿਰਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਈਟਮ ਨੰਬਰ ਅੱਜ ਦੀ ਵੀਡੀਓ ਦੀ 19 ਪ੍ਰਾਈਜ਼ ਪਏਗਾ 2480 ਰੁਪਈਏ ਜੀ ਲਓ ਜੀ ਕਿਆ ਉਹਦੇ 'ਚ ਦੂਜਾ ਕੋਨਸੈਪਟ ਆ ਗਿਆ ਲਾਈਨਾਂ ਦੇ ਵਿੱਚ ਹੀ ਉਹ ਅਲੱਗ ਕੋਨਸੈਪਟ ਸੀ ਹੈ ਲਾਈਨਾਂ ਨੇ ਡਿਜੀਟਲ ਦੇ ਵਿੱਚ ਇਹ ਪਿਓਰ ਫਾਈਨ ਫੈਬਰਿਕ ਹੈ ਜੀ ਇਹਦਾ 2x2 ਕਾਟਨ ਹੈ ਨੀਚੇ ਚਿਕਨਕਾਰੀ ਸੇਮ ਨਹੀਂ ਵੀ ਸੀਗਾ ਸੇਮ ਡਿਜ਼ਾਈਨ ਲੱਗਦਾ ਮੈਨੂੰ ਨੀਚੇ ਚਿਕਨਕਾਰੀ ਆਏਗੀ ਸਾਰੀ ਇਸ ਤਰ੍ਹਾਂ ਬੋਟਮ 'ਤੇ ਬਰਾਊਨ ਕਲਰ 'ਚ ਆਹ ਲੇਸਿਸ ਆ ਗਈਆਂ ਇਹਦੇ 'ਚ ਵੀ 4-5 ਤਰ੍ਹਾਂ ਦੇ ਲੇਸਿਸ ਦੇ ਲੱਗੇ ਨੇ ਪਹਿਲਾਂ ਆ ਗਈਆਂ ਸਕਿਨ ਕਲਰ ਦੀ ਫਿਰ ਨੀਚੇ ਦੇਖੋ ਗੋਲਡਨ ਦਿੱਤੀ ਹੋਈ ਹੈ ਫਿਰ ਪਿੰਕ ਹੈ ਫਿਰ ਲਾਈਮ ਗ੍ਰੀਨ ਹੈ ਫਿਰ ਰਾਮਾ ਗ੍ਰੀਨ ਕਲਰ ਦੀ ਹੈ ਫਿਰ ਨੀਚੇ ਸਕਿਨ 1 2 3 4 5 6 ਮਤਲਬ ਤੁਹਾਨੂੰ 6 ਕਲਰ ਦੀਆਂ ਲੇਸਿਸ ਦੇ ਰਹੇ ਦੇਖੋ ਸ਼ਰਟ ਦੇ ਵਿੱਚ ਘੇਰੇ 'ਤੇ ਇਹ ਹੁੰਦੀਆਂ ਡਿਜ਼ਾਈਨਿੰਗ ਚੀਜ਼ਾਂ ਜਿਹੜੀਆਂ ਬੋਟਮ ਆਏਗੀ ਦੁਪੱਟੇ 'ਤੇ ਬਰਸ਼ਿੰਗ ਆਏਗੀ ਚਾਰੇ ਪਾਸੇ ਲੇਸ ਆਏਗੀ ਬਰਾਊਨ ਕਲਰ ਆ ਦੇਖੋ ਕਈ ਵਾਰ ਹੁੰਦਾ ਨਾ ਵੀ ਬਰਾਊਨ ਪੀਸ ਪਾਉਣਾ ਨਹੀਂ ਲੱਭਦਾ ਬਾਈ ਚਾਂਸ ਆ ਗਿਆ ਆਪਾਂ ਤੁਹਾਨੂੰ ਵੀਡੀਓ ਦਿਖਾਤਾ 20 ਨੰਬਰ ਆਈਟਮ 4510 ਰਣਜੀਤ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ ਮੋਨਿਕਾ ਕਪੂਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਕੋਟੇ ਦੇ ਵਿੱਚ ਆਈਟਮ ਆਈ ਹੈ ਇਹ ਕੋਟਾ ਮਤਲਬ ਫੈਬਰਿਕ ਹੁੰਦਾ ਇਹ ਪਲੇਨ ਬੋਟਮ ਆਏਗੀ ਇਹਦੇ ਨੀਚੇ ਕ੍ਰੋਸ ਸਟਿਚ ਇੰਬਰਾਇਡਰੀ ਹੈ ਇਹ ਪਹਿਲਾਂ ਨਾ ਆਡੂ ਆਈਟਮ ਆਈ ਸੀ ਪਿਓਰ ਔਰਗੈਂਜਾ ਦੇ ਉੱਤੇ ਉਹਦਾ ਰੇਟ ਸੀ 7508000 ਰੁਪਈਏ ਇਹ ਸਾਰੀ ਕ੍ਰੋਸ ਸਟਿਚ ਇੰਬਰਾਇਡਰੀ ਹੈ ਸਾਰੀ ਇਹ ਕੋਟੇ ਦਾ ਸੈਲਫ ਕੰਮ ਆਏਗਾ ਉੱਤੇ ਨਾਲ ਨਾਲ ਸਿੱਪੀ ਆਏਗੀ ਉੱਪਰ ਇਹਦੇ 'ਚ ਬਟਨ ਆਣਗੇ ਸਾਰੇ ਬੈਕ ਪਲੇਨ ਆਏਗੀ ਫੁੱਲ ਬਾਜੂ ਦੀ ਆਪਸ਼ਨ ਆਏਗੀ ਕਾਟਨ ਦੀ ਬੋਟਮ ਆਏਗੀ ਨਾਲ ਭਾਜੀ ਦੁਪੱਟਾ ਖੋਲੋਗੇ ਪਲੀਜ਼ ਤੁਸੀਂ ਜਰਾ ਆਹ ਨਾਲ ਦੁਪੱਟਾ ਕਿਹੜਾ ਕਾਟਨ ਦੇ ਨਾਲ ਸ਼ਿਫੋਨ ਦੀ ਚੁੰਨੀ ਹੈ ਇੰਬਰਾਇਡਰੀ ਆਏਗੀ ਦੋਨੇ ਲੈਂਥ ਵਾਲੇ ਪਾਸੇ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ ਆਈਟਮ ਨੰਬਰ 14 ਅਤੇ ਪ੍ਰਾਈਜ਼ ਇਹਦਾ ਪਏਗਾ ਆਪਾਂ ਨੂੰ ਜੀ ਨਾ ਸੋਰੀ ਆਈਟਮ ਨੰਬਰ 21 ਪ੍ਰਾਈਜ਼ ਦੇਗਾ 3460 ਰੁਪਈਏ
ਲਓ ਜੀ, ਕਲੇਲਨ ਦੇ ਵਿੱਚ ਤੁਹਾਨੂੰ ਹੋਰ ਬਹੁਤ ਖੂਬਸੂਰਤ ਕੰਸੈਪਟ ਦੇ ਰਹੇ ਹਾਂ। ਦੇਖੋ ਸਾਡੇ ਕੋਲ ਤਾਂ ਜੋ ਮਾਲ ਨਵਾਂ ਆਉਂਦਾ ਸਾਡੀ ਕੁਛ ਹੁੰਦੀ, ਪਹਿਲਾਂ ਅਸੀਂ ਫੇਸਬੁੱਕ 'ਤੇ ਪਾ ਦਈਏ, ਕਿਉਂਕਿ ਬਹੁਤ ਸਾਰੇ ਕਸਟਮਰ ਨੇ ਜਿਹੜੇ ਸਾਡੇ ਕੋਲ ਲੁਧਿਆਣੇ ਨਹੀਂ ਪਹੁੰਚਦੇ ਜਾਂ ਪੰਜਾਬ ਨਹੀਂ ਪਹੁੰਚਦੇ ਜਾਂ ਇੰਡੀਆ ਨਹੀਂ ਪਹੁੰਚਦੇ, ਠੀਕ ਹੈ ਨਾ, ਘਰੇ ਬੈਠੇ ਨੇ, ਆਪਾਂ ਘਰੇ ਬੈਠੇ ਬੈਠੇ ਤੁਹਾਡੀ ਸ਼ੋਪਿੰਗ ਕਰਾ ਦੇਈ ਦੀ ਆ, ਬਹੁਤ ਵਧੀਆ। ਦੇਖੋ ਗਰਮੀ ਬਹੁਤ ਪੈਣੀ ਆ, ਕੱਪੜੇ ਤੁਹਾਨੂੰ ਲੈਣੇ ਹੀ ਪੈਣੇ ਆ, ਸਾਰੇ ਅੱਛੇ ਸੂਟ ਨੇ ਇਹ, ਠੀਕ ਹੈ ਨਾ। ਆਪਾਂ ਵੇਟ ਕਰਾਂਗੇ, ਚੀਜ਼ਾਂ ਨਿਕਲ ਜਾਂਦੀਆਂ ਨੇ, ਇਸ ਟਾਈਮ ਸਾਰੇ ਅੱਛੇ ਸੂਟ ਨੇ, ਕਿਉਂਕਿ ਹਰ ਬੰਦੇ ਨੇ 5-7 ਸੂਟ ਗਰਮੀ ਦੇ ਸਵਾਣੇ ਹੁੰਦੇ ਨੇ ਜੀ, ਚਾਹੇ ਹੁਣ ਪਰ ਫਿਰ ਵੀ ਲੈਣੇ ਤਾਂ ਪੈਂਦੇ ਨੇ ਜੀ ਇਹ। ਹਾਂਜੀ, ਆਹ ਦੇਖੋ ਨੀਚੇ ਸਾਰਾ ਚਿਕਨਕਾਰੀ ਬੇਸ ਆ ਗਿਆ, ਇਹ ਮਲਟੀ ਕੰਮ ਆ ਗਿਆ ਐਮਬਰਾਇਡਰੀ ਦਾ, ਇਹ ਸਾਰੀ ਪ੍ਰਿੰਟਿੰਗ ਹੈ, ਸੇਮ ਇਹਦੀ ਬੈਕ ਆਏਗੀ, ਠੀਕ ਹੈ ਜੀ, ਲਗਜ਼ਰੀ ਕੋਟਨ ਦੀ ਬੋਟਮ ਆਏਗੀ ਅਤੇ ਨਾਲ ਦੁਪੱਟਾ ਸ਼ਰਟ ਨੀਚੇ ਤੁਹਾਨੂੰ ਲਾਈਨਿੰਗ ਲਾਉਣੀ ਪਏਗੀ, ਦੁਪੱਟਾ ਆਏਗਾ ਲਾਈਨਾਂ ਦੇ ਵਿੱਚ, ਉਹਦੇ 'ਤੇ ਪ੍ਰਿੰਟਿੰਗ ਆ, ਚਾਰੇ ਪਾਸੇ ਕੋਟਨ ਦੀ ਲੇਸ ਹੈ, ਆਲ ਪੂਰੇ ਆਰਟੀਕਲ ਦੀ ਆਏਗੀ, ਆਈਟਮ ਨੰਬਰ 22, ਪ੍ਰਾਈਸ ਪਏਗਾ 2690 ਰੁਪਏ। ਲਓ ਜੀ, ਇੱਕ ਇਹ ਵੀ ਚੀਜ਼ ਆਏਗੀ ਬਹੁਤ ਪਿਆਰੀ, ਦੇਖਣਾ ਜਿਹੜਾ ਇਸ ਤਰ੍ਹਾਂ ਇਹ ਲਖਨਊ ਦੇ ਉੱਤੇ ਸ਼ੈਡੋ ਵਰਕ ਆਈ ਹੈ, ਲਾਈਟ ਜਿਹਾ ਕਾਸ਼ਨੀ ਕਲਰ ਆ, ਕਾਸ਼ਨੀ ਮੂਵ ਕਲਰ ਨਾ, ਪਹਿਲਾਂ ਕਾਸ਼ਨੀ ਦੇ ਫੁੱਲ, ਅੱਜ ਕੱਲ੍ਹ ਤਾਂ ਨਹੀਂ ਪਤਾ ਹੋਣਾ, ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਨਹੀਂ ਪਤਾ ਹੋਣਾ, ਇਹ ਕਾਸ਼ਨੀ ਦੇ ਫੁੱਲ ਆਉਂਦੇ ਸੀ ਮੂਵ ਕਲਰ, ਅੱਜ ਕੱਲ੍ਹ ਕਹਿ ਦਿੰਦੇ ਲਾਈਲੈਕ ਕਹਿ ਦਿੰਦੇ ਨੇ, ਇਹ ਸਾਰੀ ਦੇਖੋ ਐਮਬਰਾਇਡਰੀ ਹੈ, ਇਹ ਸਾਰੇ ਫਲਾਵਰ ਆ ਗਏ, ਸ਼ੈਡੋ ਵਰਕ ਆ ਸਾਰਾ ਜਿਹੜਾ, ਵਿੱਚ ਬਲੂ ਕਲਰ ਚੱਲਦਾ ਪਿਆ ਅਤੇ ਵਾਈਟ ਚੱਲਦਾ ਪਿਆ, ਇਹ ਪੂਰੀ ਸ਼ਰਟ ਦਾ ਫਰੰਟ ਪੈਨਲ ਆਏਗਾ, ਉੱਪਰ ਨੈੱਕ ਆ ਗਿਆ ਇਸ ਤਰ੍ਹਾਂ ਇਹਦੇ 'ਚ ਵੀ ਸ਼ੇਪ ਦੇ ਨਾਲ, ਬੈਕ 'ਤੇ ਬੂਟੀ ਆਏਗੀ, ਫੁੱਲ ਬਾਜੂ ਦੀ ਆਪਸ਼ਨ ਆਏਗੀ, ਨੀਚੇ ਬੋਟਮ ਦੇ ਉੱਤੇ ਵੀ ਕੰਮ ਆਏਗਾ, ਦੁਪੱਟਾ ਆਏਗਾ ਸ਼ਿਫੋਨ ਦਾ, ਉਹ ਵੀ 2-tone ਦੁਪੱਟਾ ਬਲੂ ਐਂਡ ਮੂਵ ਕਲਰ ਦੇ ਵਿੱਚ। ਲਓ ਜੀ, ਐਕਸਕਲੂਸਿਵ ਪੀਸ, ਆਈਟਮ ਨੰਬਰ ਅੱਜ ਦੀ ਵੀਡੀਓ ਦੀ 23 ਚਿਕਨਕਾਰੀ ਹੈ ਜੀ, ਇਹਦਾ 23 ਨੰਬਰ ਆਈਟਮ 4830 ਰੁਪਈਏ ਜੀ। ਚਲੋ ਅੱਗੇ ਜੀ, ਇੰਦਰ ਅਮਨ ਜੀ ਸਤਿ ਸ਼੍ਰੀ ਅਕਾਲ ਜੀ, ਪੂਰਨਮਾ ਸਤਿ ਸ਼੍ਰੀ ਅਕਾਲ ਜੀ, ਗੁਪਤਾ ਜੀ ਸਤਿ ਸ਼੍ਰੀ ਅਕਾਲ ਜੀ, ਹਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਕਿਆ ਦੇਖੋ ਆਰ ਸਟੂਡੀਓ ਦਾ ਪੀਸ ਹੈ, ਲੇਕਿਨ ਪੀਸ ਬਹੁਤ ਜ਼ਬਰਦਸਤ ਹੈ ਜੀ, ਇਹਦਾ ਫਾਈਨ ਕੋਟਨ ਹੈ ਜੀ, ਲਗਜ਼ਰੀ ਕੋਟਨ ਹੈ, ਨਿੱਕਾ ਨਿੱਕਾ ਪ੍ਰਿੰਟ ਹੈ ਇਹਦਾ, ਉਹਦੇ 'ਤੇ ਇਸ ਸਾਰਾ ਪੈਚ ਕੀਤਾ ਜੀ, ਇਹਦਾ ਡਿਜੀਟਲ ਪ੍ਰਿੰਟ ਦੇ ਕੇ ਇੱਥੇ ਪੈਚ ਕੀਤਾ ਹੋਇਆ, ਇਹ ਨੀਚੇ ਬਾਰਡਰ ਇੱਕ ਐਮਬਰਾਇਡਰੀ ਦਾ ਆ ਗਿਆ ਘੇਰੇ 'ਤੇ, ਇਹ ਘੇਰੇ ਤੋਂ ਨੀਚੇ ਫਿਰ ਐਮਬਰਾਇਡਰੀ ਆ ਗਈ। ਦੇਖੋ ਆਹ ਸ਼ਰਟ ਦਾ ਘੇਰਾ ਆ ਗਿਆ ਇਸ ਤਰ੍ਹਾਂ, ਇਹ ਬੋਟਮ ਆ ਗਈ ਇਹਦੀ, ਇਹ ਉੱਪਰ ਨੈੱਕ ਦੇ ਬਟਨ ਆ ਗਏ, ਉਹਦੇ 'ਤੇ ਵੀ ਪੈਚ ਆ ਗਿਆ, ਤੁਹਾਨੂੰ ਇੰਨੀ ਡਿਟੇਲ ਦੇ ਵਿੱਚ ਕਿਸੇ ਨੇ ਵੀਡੀਓ ਨਹੀਂ ਦਿਖਾਉਣੀ ਜੀ, ਅਗਲੇ ਸੂਟ ਖੋਲਦੇ ਨੇ, ਚਲੋ ਅੱਗੇ ਜੀ, ਰੇਟ ਆ ਜੀ, ਚਲੋ ਅੱਗੇ ਜੀ, ਆਪਾਂ ਤੁਹਾਨੂੰ ਇਕੱਲੀ ਇਕੱਲੀ ਚੀਜ਼ ਮੈਨਸ਼ਨ ਕਰੀ ਦੀ ਆ, ਕੱਪੜਾ ਕੀ ਹੈ, ਪ੍ਰਿੰਟਿੰਗ ਕੀ ਹੈ, ਕਢਾਈ ਕੀ ਹੈ, ਦੁਪੱਟਾ ਸ਼ਿਫੋਨ ਦਾ, ਚਾਰੇ ਪਾਸੇ ਲੇਸ ਹੈ, ਨਾਲ ਨਾਲ ਪ੍ਰਿੰਟਿੰਗ ਹੈ। ਦੇਖੋ ਜੀ, ਪ੍ਰਾਈਸ ਕੀ ਨਿਕਲਿਆ, ਆਈਟਮ ਨੰਬਰ ਅੱਜ ਦੀ ਵੀਡੀਓ ਦੀ 24 ਅਤੇ ਪ੍ਰਾਈਸ ਪਏਗਾ 2690 ਰੁਪਈਏ। ਲਓ ਜੀ, ਇੱਕ ਇਹ ਵੀ ਚੀਜ਼ ਬਹੁਤ ਪਿਆਰੀ ਆਈ, ਦੇਖਣਾ ਜਿਹੜਾ ਜੀ, ਇਹ ਵੀ ਸਾਰਾ ਪ੍ਰਿੰਟਿੰਗ ਦਾ ਕੋਨਸੈਪਟ ਹੈ, ਟਾਟਾ ਮਿਲ ਦੀ ਕੋਟਨ ਹੈ ਜੀ, ਇਹ ਲਾਸਟ ਪੀਸ ਹੈ, ਇਹ ਟਾਟਾ ਮਿਲ ਦੀ ਕੋਟਨ ਹੈ ਜੀ, ਉਹ ਵੀ ਪੀਸ ਪਾਇਆ ਨਾ, ਉਹ ਨਹੀਂ ਦਿਖਾਇਆ ਵੀਰਮੀ ਵਾਲੇ ਤੋਂ, ਇਹ ਟਾਟਾ ਮਿਲ ਦੀ ਕੋਟਨ ਹੈ, ਪ੍ਰਿੰਟਿੰਗ ਦੇ ਵਿੱਚ ਬੋਟਮ ਪਲੇਨ ਆਏਗੀ ਨਾਲ ਇਹਦੀ, ਆਹ ਦੇਖੋ ਨੀਚੇ ਪੂਰੀ ਐਮਬਰਾਇਡਰੀ ਹੈ, ਸਾਰਾ ਬੋਰਡਰ ਪਹਿਲਾਂ ਲੇਸ ਆ ਗਈ ਹੈ, ਫਿਰ ਐਮਬਰਾਇਡਰੀ ਆ ਗਈ, ਫਿਰ ਨੀਚੇ ਸਕੈਲਪਿੰਗ ਦੇ ਵਿੱਚ ਪੂਰੀ ਐਮਬਰਾਇਡਰੀ ਆ ਗਈ। ਦੇਖੋ ਇਹਦੇ 'ਚ ਮਤਲਬ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਬਣਾ ਸਕਦੇ ਹੋ, ਜਿਵੇਂ ਕਿਸੇ ਲੇਡੀਜ਼ ਬਜ਼ੁਰਗ ਨੇ ਪਾਉਣਾ ਤਾਂ ਇਹਨੂੰ ਘੇਰਾ ਕੱਟ ਕੇ ਬਣਾ ਸਕਦੇ ਹਾਂ ਆਪਾਂ, ਇੱਦਾਂ ਵੀ ਸਿੱਧਾ ਬਣਾ ਸਕਦੇ ਹਾਂ, ਦੁਪੱਟਾ ਵੀ ਸ਼ਿਫੋਨ ਦਾ ਵਾ, ਲੇਸ ਲੱਗੀ ਹੋਈ ਹੈ, ਉੱਪਰ ਬਟਨ ਵੀ ਬਹੁਤ ਸੋਹਣੇ ਦਿੱਤੇ, ਮਤਲਬ ਮਾਡਰਨ, ਅੱਜ ਕੱਲ੍ਹ ਬਜ਼ੁਰਗ ਵੀ ਮਾਡਰਨ ਹੁੰਦੇ, ਐਸੀ ਗੱਲ ਨਹੀਂ, ਕੋਈ ਮੰਮੀਆਂ ਵੀ ਅੱਜ ਕੱਲ੍ਹ ਸਾਰੀਆਂ ਮਾਡਰਨ ਨੇ, ਅਤੇ ਨਾਲ ਕੋਟਨ ਦੇ ਨਾਲ ਸ਼ਿਫੋਨ ਦੀ ਚੁੰਨੀ, ਆਈਟਮ ਨੰਬਰ 25, ਪ੍ਰਾਈਸ ਪਏਗਾ 2230 ਰੁਪਈਏ।
ਉਹ ਐਂਸੀ ਕਰਦੀ ਹੈ ਸੁਪਰ ਡੁਪਰ ਇਹ ਪੈਨਲ ਆਏਗਾ ਜੀ ਇਹ ਸਾਰਾ ਪਹਿਲਾਂ ਇਹ ਚੌੜੀ ਪੱਟੀ ਆ ਗਈ ਸੈਂਟਰ ਪੈਨਲ ਦੇ ਫਿਰ ਛੋਟੀ ਪੱਟੀ ਨਾਲ ਫਲਾਵਰ ਸੈੱਟ ਕੀਤਾ ਆਇਆ ਨੀਚੇ ਪੂਰੀ ਐਮਬਰਾਇਡਰੀ ਸਾਰੀ ਇਹ ਦੇਖੋ ਪੂਰਾ ਐਮਬਰਾਇਡਰੀ ਦਾ ਬਾਰਡਰ ਨੀਚੇ ਦਿੱਤਾ ਹੋਇਆ ਸ਼ਰਟ ਦਾ ਪੂਰਾ ਘੇਰਾ ਬਣੇਗਾ ਜੀ ਇਹਦਾ ਫੁੱਲ ਬਾਜੂ ਦੀ ਆਪਸ਼ਨ ਹੈ ਬੈਕ ਤੇ ਸੇਮ ਪ੍ਰਿੰਟਿੰਗ ਆਏਗੀ ਇੱਦਾਂ ਹੀ ਜਿੱਦਾਂ ਫਰੰਟ ਤੇ ਹੈ ਬੈਕ ਤੇ ਵੀ ਸੇਮ ਪ੍ਰਿੰਟਿੰਗ ਆਏਗੀ ਆਫ ਵਾਈਟ ਬੋਟਮ ਆਏਗੀ ਤੇ ਦੁਪੱਟਾ ਬਹੁਤ ਪਿਆਰਾ ਨਾਲ ਇਹਦੇ ਜੀ ਡਾਕਟਰ ਮੋਨਿਕਾ ਜੀ ਸਤਿ ਸ਼੍ਰੀ ਅਕਾਲ ਜੀ ਆਹ ਨਾਲ ਦੁਪੱਟਾ ਜੀ ਇਹਦੇ ਲਓ ਜੀ ਆਈਟਮ ਨੰਬਰ 27 ਤੇ ਪ੍ਰਾਈਜ਼ ਪਏਗਾ ਆਪਾਂ ਨੂੰ 2750 ਰੁਪਏ ਜੀ ਲਾਸਟ ਦਾ ਪੀਸ ਹੈਗਾ ਡੰਮੀ ਦੇ ਪਾਇਆ ਨੇੜੇ ਕਰ ਦਿਓ ਬੇਟੇ ਉਹ ਵੀ ਕੋਟਨ ਦੇ ਵਿੱਚ ਹੈਗਾ ਜੀ ਇਹਦਾ ਸ਼ਿਫੋਨ ਦੀ ਨਾਲ ਇਹਦੇ ਚੁੰਨੀ ਆਏਗੀ ਜੀ ਲਗਜ਼ਰੀ ਕੋਟਨ ਦੀ ਸ਼ਰਟ ਹੈ ਮਿਕਸਰ ਮੈਚ ਬੋਟਮ ਆਏਗੀ ਆਹ ਹਲਕੀ ਜੀ ਐਮਬਰਾਇਡਰੀ ਹੈ ਸ਼ਰਟ ਦੇ ਉੱਪਰ ਚੱਕ ਨਹੀਂ ਪਾਣੀ ਆ ਆਹ ਹਲਕੀ ਜੀ ਐਮਬਰਾਇਡਰੀ ਆਏਗੀ ਮਤਲਬ ਨੀਚੇ ਪ੍ਰਿੰਟ ਹੀ ਦਿੱਤਾ ਹੋਇਆ ਹਲਕਾ ਹਲਕਾ ਹਾਈਲਾਈਟ ਕੀਤਾ ਹੋਇਆ ਉਹਨੂੰ ਦੁਪੱਟਾ ਆਏਗਾ ਨਾਲ ਇਹਦੇ ਮਸਲੀਨ ਦਾ ਦੁਪੱਟਾ ਆਏਗਾ ਦੁਪੱਟਾ ਬਹੁਤ ਪਿਆਰਾ ਕੱਪੜੇ ਦੇ ਵਿੱਚ ਹੈ ਜੀ ਇਹਦਾ ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ ਬਹੁਤ ਫਾਈਨ ਕੋਟਨ ਹੈ ਦੇਖੋ ਸ਼ਰਟ ਨੀਚੇ ਲਾਈਨਿੰਗ ਲਵਾਉਂਗੇ ਤਾਂ ਗੈਟਅਪ ਜ਼ਿਆਦਾ ਅੱਛੀ ਆਉਂਦੀ ਹੈ ਆਈਟਮ ਨੰਬਰ ਅੱਜ ਦੀ ਵੀਡੀਓ ਦੀ 26 ਸੀਗੀ ਜੀ ਪ੍ਰਾਈਸ ਸੀਗਾ 2960 ਰੁਪਈਏ ਅਤੇ ਨੰਬਰ ਤੁਸੀਂ ਇੱਕ ਵਾਰੀ ਫੇਰ ਨੋਟ ਕਰੋ ਪਲੀਜ਼ ਜਰਾ ਇਹ ਨੰਬਰ ਨੇ ਸਟੋਰ ਦੇ ਤਿੰਨਾਂ ਨੰਬਰਾਂ 'ਤੇ ਵਟਸਐਪ ਚੱਲਦਾ ਤੁਹਾਨੂੰ ਜੋ ਚੰਗਾ ਲੱਗਦਾ ਤੁਸੀਂ ਕਿਸੇ ਵੀ ਨੰਬਰ 'ਤੇ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਕੋਸ਼ਿਸ਼ ਕਰਿਆ ਕਰੋ ਕਿ ਇਹ ਜਿਹੜੇ ਤਿੰਨ ਨੰਬਰ ਤੁਹਾਨੂੰ ਦਿਖਾ ਰਿਹਾ ਇਹਨਾਂ ਨੰਬਰਾਂ 'ਚੋਂ ਕਿਸੇ ਨੰਬਰ 'ਤੇ ਪਿੱਕ ਭੇਜਿਆ ਕਰੋ ਤਾਂ ਕਿ ਤੁਹਾਨੂੰ ਜਲਦੀ ਰਿਸਪੋਂਸ ਮਿਲ ਜਾਏਗਾ ਕਿ ਉਹ ਨੰਬਰ ਹੀ ਤੁਹਾਡੇ ਇਹਨਾਂ ਨੰਬਰਾਂ 'ਤੇ ਰੱਖੇ ਹੁੰਦੇ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ